ਦਿਲਜੀਤ ਬਾਰੇ ਕੀ ਕਹਿਣਾ ਤੁਹਾਡਾ? ਮੈਂ ਸਲਿਊਟ ਕਰਦਾ ਦਿਲਜੀਤ ਨੂੰ ਕਿ ਦਿਲਜੀਤ ਨੇ ਐਡਾ ਵੱਡਾ ਨਾਮ ਕਮਾਇਆ ਅਤੇ ਸਾਡੀ ਪੰਜਾਬੀ ਮਾਂ ਬੋਲੀ ਦਾ ਨਾਮ ਰੋਸ਼ਨ ਕੀਤਾ। ਕੱਲ੍ਹ ਦਾ ਜਿਹੜਾ ਉਹਨਾਂ ਦਾ ਕੈਨੇਡਾ ਦੇ ਵਿੱਚ ਕੌਂਸਰਟ ਸੀਗਾ ਅਤੇ ਜਸਟਿਨ ਟਰੂਡੋ ਉਹਨਾਂ ਨੂੰ ਮਿਲਣ ਆਏ ਉੱਥੇ। ਕੋਈ ਵੱਡੀ ਗੱਲ ਨਹੀਂ, ਦਿਲਜੀਤ ਬਹੁਤ ਵੱਡਾ ਹੈ। ਕੀ ਬਾਤ ਹੈ, ਆ ਸਕਦੇ ਨੇ, ਨਾਲੇ ਉਹ ਸਾਡੇ ਦੇਸ਼ ਵਾਂਗੂ ਨਹੀਂ ਹੈਗੇ। ਅੱਛਾ, ਕਦੀ ਅਜਿਹਾ ਹੋਇਆ ਵੀ ਤੁਸੀਂ ਇਕੱਲੇ ਗਏ ਹੋ ਕਿਸੇ ਪ੍ਰੋਗਰਾਮ 'ਤੇ ਜਾਂ ਕੁਛ ਅਜਿਹਾ ਹੋ ਗਿਆ ਹੋਏ ਤੁਸੀਂ ਬਾਊਂਸਰਸ ਨਾ ਖੜੇ ਹੋਣ? ਕੋਈ ਮੁੰਡਾ ਸੀਗਾ, ਹੁੰਦੇ ਤਾਂ ਮੁਹੱਬਤ ਕਰਨ ਵਾਲੇ ਹੀ ਨੇ, ਪਰ ਉਹਨੇ ਥੋੜ੍ਹਾ ਜਿਹਾ ਜਿੱਦਾਂ ਨਸ਼ਾ ਕੀਤਾ ਹੋਇਆ ਸੀਗਾ ਮੁੰਡੇ ਨੇ। ਅੱਛਾ ਜੀ। ਉਹ ਆ ਕੇ ਫੋਟੋ ਕਰਾਉਣੀ ਚਾਹੁੰਦਾ ਸੀਗਾ, ਮੈਂ ਮੇਰੇ ਬਾਊਂਸਰ ਨੇ ਉਹਨੂੰ ਪਹਿਲਾਂ ਹੀ ਰੋਕ ਦਿੱਤਾ। ਉਹ ਦੋ ਵਾਰੀ ਰੋਕਿਆ, ਤੀਸਰੀ ਵਾਰ ਉਹ ਸੱਤ ਅੱਠ ਜਾਣੇ ਸੀਗੇ ਉੱਠ ਕੇ ਚਲੇ ਗਏ। ਗਏ ਉਸ ਤੋਂ ਬਾਅਦ ਜਦੋਂ ਅਸੀਂ ਪ੍ਰੋਗਰਾਮ ਕਰਕੇ ਨਿਕਲੇ ਤਾਂ ਉਹਨਾਂ ਨੇ ਜਿਹੜੇ ਪ੍ਰੋਗਰਾਮ ਜਿਹੜੇ ਮੋੜ ਤੋਂ ਅਸੀਂ ਲੰਘਣਾ ਸੀ ਉੱਥੇ ਤਲਵਾਰਾਂ ਲੈ ਕੇ। ਕਨ੍ਹਈਆ ਮਿੱਤਲ ਜੀ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਇੱਕ ਜਾਗਰਣ ਦੇ ਦੌਰਾਨ ਕਿ ਕਿਤੇ ਹੋਰ ਜਾਗਰਣ ਹੋਇਆ ਸੀਗਾ, ਉਹਨਾਂ ਨੇ ਤਿੰਨ ਚਾਰ ਸਿੰਗਰਸ ਦਾ ਨਾਮ ਲਿਆ ਸੀਗਾ। ਮਤਲਬ ਜਦੋਂ ਉਹਨਾਂ ਦੀ ਇਹ ਸਟੇਟਮੈਂਟ ਆਈ ਸੀਗੀ ਸਾਹਮਣੇ, ਵੀ ਉਹਨਾਂ ਨੇ ਸਾਫ਼ ਇਹ ਕਹਿ ਦਿੱਤਾ ਸੀਗਾ ਕਿ ਖਾਨਸ ਕੋਲੋਂ ਜਾਗਰਣ ਕਰਵਾਉਣੇ ਬੰਦ ਕਰਨੇ ਚਾਹੀਦੇ ਨੇ, ਹੈ ਨਾ। ਨਹੀਂ, ਸਾਨੂੰ ਪਿਆਰ ਕਰਨ ਵਾਲਿਆਂ ਨੇ ਸਾਨੂੰ ਬੁੱਕ ਕਰਨ ਵਾਲੇ ਨਹੀਂ। ਜਸਵੀਰ ਜੱਸੀ ਜੀ ਵੀ ਕੁਝ ਅਜਿਹੀਆਂ ਉਹਨਾਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਸੀ ਜਿੱਥੇ ਉਹ ਗੁਰਦਾਸ ਮਾਨ ਸਾਹਿਬ ਨੂੰ ਕਹਿੰਦੇ ਹੋਏ ਨਜ਼ਰ ਆਏ ਕਿ ਡੇਰਿਆਂ 'ਤੇ ਜਾ ਕੇ ਗਾਇਕਾਂ ਨੂੰ ਨਹੀਂ ਗਾਣਾ ਚਾਹੀਦਾ, ਡੇਰਾ ਸਭ ਨੂੰ ਰੱਬ ਸਮਤ ਬਖਸ਼ੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਅਤੇ ਮੈਂ ਹਾਂ ਸ਼ਗਨ। ਜਦ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗੱਲ ਹੁੰਦੀ ਹੈ ਜਾਂ ਸੁਰੀਲੇ ਗਾਇਕਾਂ ਦੀ ਜਦੋਂ ਗੱਲ ਤੁਰਦੀ ਹੈ ਤਾਂ ਫਿਰੋਜ਼ ਖਾਨ ਦਾ ਨਾਮ ਪਹਿਲਾਂ 'ਚ ਆਉਂਦਾ। ਸੋ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ, ਇਹਨਾਂ ਦੀ ਜ਼ਿੰਦਗੀ ਬਾਬਤ ਗੱਲਾਂ ਪਤਾ ਹੋਣਗੀਆਂ, ਕੈਰੀਅਰ ਬਾਬਤ ਵੀ ਗੱਲਾਂ ਪਤਾ ਹੋਣਗੀਆਂ ਅਤੇ ਕੁਝ ਗੇਮਸ ਵੀ ਇਹਨਾਂ ਦੇ ਨਾਲ ਜ਼ਰੂਰ ਖੇਡਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ, ਫਿਰ ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਕਰਦਾ। ਫਿਰੋਜ਼ ਖਾਨ ਜੀ, ਬਹੁਤ ਬਹੁਤ ਸਵਾਗਤ ਹੈ ਦੈਨਿਕ ਸਵੇਰਾ ਟੀਵੀ। ਸਤਿ ਸ਼੍ਰੀ ਅਕਾਲ ਜੀ ਸ਼ਗਨ, ਬਹੁਤ ਚੰਗਾ ਲੱਗਿਆ ਦੈਨਿਕ ਸਵੇਰਾ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਕਰੀਆ ਦਾ ਜੀ, ਅਤੇ ਬਹੁਤ ਚੰਗਾ ਲੱਗਿਆ ਸਾਰੀ ਆਡੀਅੰਸ ਨੂੰ, ਜਿੰਨੇ ਵੀ ਦਰਸ਼ਕ ਦੇਖ ਰਹੇ ਨੇ, ਜਿੰਨੇ ਵੀ ਮੇਰੇ ਸਰੋਤੇ ਪਿਆਰ ਕਰਨ ਵਾਲੇ ਆ, ਉਹਨਾਂ ਨੂੰ ਵੀ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਸਭ ਤੋਂ ਪਹਿਲਾਂ ਤਾਂ ਸਿਹਤ ਦੱਸੋ, ਕਿਉਂਕਿ ਕਾਫੀ ਟਾਈਮ ਤੋਂ ਤੁਸੀਂ ਬਿਮਾਰ ਚੱਲਦੇ ਆ ਰਹੇ ਹੋ। ਹਾਂ, ਥੋੜ੍ਹਾ ਜਿਹਾ ਸੀਗਾ, ਨਹੀਂ ਕਾਫੀ ਟਾਈਮ ਤੋਂ ਨਹੀਂ, ਇੱਦਾਂ ਦੀ ਗੱਲ ਨਹੀਂ ਸੀ ਹੈਗੀ। ਥੋੜ੍ਹਾ ਇੱਕ ਗਰਮੀ ਹੁੰਦੀ ਹੈ, ਇੱਕ ਸ਼ੋਜ਼ ਲਗਾਤਾਰ ਸੀਗੇ ਅੱਜ ਕੱਲ੍ਹ, ਤੁਹਾਨੂੰ ਪਤਾ ਮੇਲਿਆਂ ਦਾ ਜ਼ੋਰ ਹੁੰਦਾ ਹੈ ਨਾ, ਅਤੇ ਉਹ ਮੈਨੂੰ ਫੀਵਰ ਹੋ ਗਿਆ ਸੀਗਾ, ਤਿੰਨ ਚਾਰ ਦਿਨ ਫੀਵਰ ਰਿਹਾ ਬਹੁਤ ਜ਼ੋਰ ਦਾ, ਅਤੇ ਮੈਨੂੰ ਇੱਦਾਂ ਲੱਗਿਆ, ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਈ ਤਰ੍ਹਾਂ ਦੇ ਫੀਵਰ ਇੱਥੇ ਘੁੰਮਦੇ। ਅੱਛਾ, ਤੁਹਾਨੂੰ ਕਿਹੜੇ ਵਾਲਾ ਹੋਇਆ ਸੀ? ਮੈਨੂੰ ਇੱਕ ਨੋਰਮਲ ਫੀਵਰ ਹੋਇਆ ਸੀਗਾ, ਕੋਈ ਇੱਦਾਂ ਦੀ ਗੱਲ ਨਹੀਂ ਸੀ ਜੀ। ਤੇ ਫਿਰ ਉਹ ਕੁਦਰਤੀ ਆਪਾਂ ਉਦੋਂ ਬਣਾਇਆ ਹੋਇਆ ਸੀ, ਬਿਲਕੁਲ ਬਿਲਕੁਲ, ਪ੍ਰੋਗਰਾਮ ਕੇ ਵੀ ਤੁਹਾਡੇ ਨਾਲ ਇੰਟਰਵਿਊ ਕਰਨੀ ਹੈ, ਫਿਰ ਦੋ ਤਿੰਨ ਦਿਨ ਇੱਦਾਂ ਹੀ ਰਿਹਾ ਜੀ। ਸਭ ਤੋਂ ਪਹਿਲਾਂ ਤੇ ਮੁਬਾਰਕਬਾਦ, ਤੁਹਾਡਾ ਜਿਹੜਾ ਨਵਾਂ ਗੀਤ ਪਾਗਲ ਰਿਲੀਜ਼ ਹੋਇਆ, ਇੰਨਾ ਜ਼ਿਆਦਾ ਪਿਆਰ ਦਰਸ਼ਕਾਂ ਦੇ ਵੱਲੋਂ ਮਿਲ ਰਿਹਾ। ਬਹੁਤ ਅੱਛਾ ਲੱਗ ਰਿਹਾ ਹੈ ਕਿ ਵੀ ਕਾਫੀ ਦੇਰ ਬਾਅਦ ਕੁਛ, ਵੈਸੇ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੇਰਾ ਹਰ ਗਾਣਾ ਲੋਕਾਂ ਲਈ ਹੈ, ਮੈਂ ਲੋਕਾਂ ਨੂੰ ਮੁੱਖ ਰੱਖ ਕੇ ਔਰ ਆਪਣੀ ਇਮੇਜ ਨੂੰ ਮੁੱਖ ਰੱਖ ਕੇ ਮੈਂ ਗਾਣੇ ਬਣਾਉਂਦਾ, ਅਤੇ ਜਿੱਦਾਂ ਦੇ ਗਾਣੇ ਮੈਂ ਗਾਇਆ ਉਹਨਾਂ ਦੇ ਵਿੱਚੋਂ ਕਈ ਵਾਰ ਇੱਦਾਂ ਹੁੰਦਾ ਕਿ ਕੁਛ ਜ਼ਿਆਦਾ ਫਾਇਦਾ ਨਹੀਂ ਮੈਨੂੰ ਹੁੰਦਾ, ਪਰ ਮੈਂ ਆਪਣੇ ਆਪ ਦਾ ਧਿਆਨ ਰੱਖ ਕੇ ਅਤੇ ਪਰਿਵਾਰਾਂ ਦਾ ਧਿਆਨ ਰੱਖ ਕੇ ਮੈਂ ਗੀਤ ਗਾਉਂਦਾ, ਅਤੇ ਚਲੋ ਕੋਈ ਗੱਲ ਨਹੀਂ, ਮੈਨੂੰ ਇਸ ਗੱਲ ਦਾ ਪ੍ਰਾਊਡ ਫੀਲ ਹੈ ਕਿ ਵੀ ਮੈਂ ਇੰਡਸਟਰੀ ਦੇ ਵਿੱਚ ਅੱਛਾ ਕੰਮ ਕਰ ਰਿਹਾ, ਮੈਂ ਪੈਸੇ ਦੀ ਦੌੜ 'ਚ ਨਹੀਂ ਲੱਗਿਆ ਹੋਇਆ। ਬਿਲਕੁਲ, ਸ਼ੁਰੂਆਤ ਉਸੇ ਗੀਤ ਤੋਂ ਕਰ ਲਈ ਹੈ ਕਿਉਂਕਿ ਇੰਨਾ ਜ਼ਿਆਦਾ ਦਰਸ਼ਕ ਪਿਆਰ ਦੇ ਰਹੇ ਨੇ ਜੀ, ਫਿਰ ਸਾਨੂੰ ਵੀ ਜ਼ਰੂਰ ਸੁਣਾਇਆ ਜਾਏ ਉਹ ਗੀਤ। ਬਿਲਕੁਲ, ਉਹ ਗੀਤ ਸ਼ਾਹ ਅਲੀ ਦਾ ਲਿਖਿਆ ਹੋਇਆ ਜੀ,
ਅਤੇ ਉਹਨੇ ਆਪਣਾ ਕੰਪੋਜੀਸ਼ਨ ਵੀ ਉਹਨੇ ਕੀਤੀ ਹੈ, ਅਤੇ ਅੱਪੂ ਬੀਟਸ ਦਾ ਜਿਹੜਾ ਮਿਊਜ਼ਿਕ, ਉਹ ਵੀ ਹਲੇ ਛੋਟਾ ਬੱਚਾ 14-15 ਸਾਲ ਦਾ ਜਿਹਨੇ ਮਿਊਜ਼ਿਕ ਕੀਤਾ ਇਸ ਗੀਤ ਦਾ। ਮਿਊਜ਼ਿਕ ਵੇਵਸ ਵੱਲੋਂ ਇਹ ਗੀਤ ਰਿਲੀਜ਼ ਹੋਇਆ। ਵੇ ਲੋਕੋ ਨਾ ਮੈਨੂੰ ਇਸ਼ਕ ਰਾਸ ਆਇਆ, ਮੈਂ ਹੌਕੇ ਤੇ ਪੀੜਾਂ ਮੈਂ ਦਰਦ ਕਮਾਇਆ, ਹਾਉ ਨੇ ਮੇਰੇ ਤੇ ਜੇ ਫਤਵਾਏ ਲਾਇਆ, ਤਾਂ ਮੈਂ ਪਾਗਲ ਹਾਂ, ਹਾਂ ਮੈਂ ਪਾਗਲ ਹਾਂ, ਪਾਗਲ ਹਾਂ, ਪਾਗਲ ਹਾਂ, ਤਾਂ ਮੈਂ ਪਾਗਲ ਹਾਂ, ਪਾਗਲ ਹਾਂ, ਪਾਗਲ ਹਾਂ, ਹਾਂ ਮੈਂ ਪਾਗਲ ਹਾਂ। ਬਹੁਤ ਖੂਬ, ਜਿੰਨਾ ਦਰਸ਼ਕਾਂ ਨੇ ਔਨਲਾਈਨ ਤੁਹਾਨੂੰ ਇੰਨਾ ਪਿਆਰ ਦਿੱਤਾ, ਇੰਨੇ ਚੰਗੇ ਚੰਗੇ ਕਮੈਂਟਸ ਆ ਰਹੇ ਸੀਗੇ, ਤਾਂ ਸਾਡੇ ਕੋਲ ਵੀ ਸੀਗਾ ਸਵਾਲ ਕਿ ਅਸੀਂ ਤੁਹਾਡੇ ਕੋਲੋਂ ਇਹ ਗੀਤ ਜ਼ਰੂਰ ਸੁਣੀਏ। ਤੁਸੀਂ ਬਹੁਤ ਲੰਮੇ ਸਮੇਂ ਤੋਂ ਇੰਨੇ ਸਾਰੇ ਗੀਤ ਗਾਏ ਨੇ, ਚਾਹੇ ਉਹ ਤੁਹਾਡੇ ਸਿੰਗਲ ਟਰੈਕਸ ਹੋਣ, ਚਾਹੇ ਉਹ ਫਿਲਮਾਂ ਦੇ ਵਿੱਚ ਗੀਤ ਹੋਣ, ਹਾਲੇ ਤੱਕ ਦੇ ਸਫ਼ਰ ਦੇ ਵਿੱਚ ਤੁਹਾਡੇ ਮਨ ਦੇ ਕਰੀਬ ਕਿਹੜਾ ਗੀਤ ਹੈ ਤੁਹਾਡਾ? ਦੇਖੋ, ਜਿਹੜਾ ਵੀ ਮੈਂ ਗੀਤ ਗਾਉਂਦਾ ਮੇਰੇ ਮਨ ਦੇ ਕਰੀਬ ਹੀ ਹੁੰਦਾ, ਮੈਂ ਖੁਦ ਸਿਲੈਕਟ ਕਰਦਾ ਗੀਤਾਂ ਜੀ। ਕਾਫੀ ਸਾਰੇ ਗੀਤ ਜੈਦੇਵ ਭਾਅ ਜੀ ਨੇ ਸਿਲੈਕਟ ਕੀਤੇ ਹੈ, ਗੁਰਮੀਤ ਭਾਅ ਜੀ ਨੇ ਵੀ ਸਿਲੈਕਟ ਕੀਤੇ ਹੈ, ਜਿਹੜੇ ਜਿਹੜੇ ਆਰਟਿਸਟ ਮਿਊਜ਼ਿਕ ਡਾਇਰੈਕਟਰ ਜਿਹੜੇ ਵੀ ਮੇਰੀ ਜ਼ਿੰਦਗੀ ਦੇ ਵਿੱਚ ਨਾਲ ਨਾਲ ਚੱਲਦੇ ਨੇ, ਉਹਨਾਂ ਨੇ ਕਾਫੀ ਸਾਰੇ ਗੀਤ, ਇੱਕ ਪਿੱਛੇ ਜੇ ਮੇਰਾ ਊਜਾ ਸਾਹਿਬ ਨਾਲ ਗੀਤ ਆਇਆ ਸੀ ਤੇਰਾ ਪਿਆਰ ਜੀ, ਉਹ ਵੀ ਬਹੁਤ ਪਿਆਰਾ ਸੀਗਾ ਔਰ ਮਿਊਜ਼ੀਕਲੀ ਵੀ ਬਹੁਤ ਅੱਛਾ ਸੀਗਾ। ਬਾਕੀ ਤੁਹਾਨੂੰ ਪਤਾ ਹੀ ਹੈ ਕਿ ਪਾਣੀ ਦੀਆਂ ਛੱਲਾਂ ਹੋਣ, ਬਿਲਕੁਲ ਸੋਹਣੀਏ ਦਿਲ ਨਹੀਂ ਲੱਗਦਾ, ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ, ਤੇਰੀ ਸੌਂ, ਬੜੇ ਸਾਰੇ ਗੀਤ ਨੇ ਜਿਹੜੇ, ਕਈ ਵਾਰ ਇੱਦਾਂ ਹੁੰਦਾ ਕਿ ਜਿੱਦਾਂ ਮੈਂ ਪ੍ਰੋਗਰਾਮ 'ਤੇ ਜਾਂਦਾ, ਲੋਕਾਂ ਦੇ ਮਨ 'ਚ ਇੱਕ ਵਹਿਮ ਹੁੰਦਾ ਕਿ ਵੀ ਇਹਨੇ ਡਾਂਸਿੰਗ ਸੌਂਗ ਨਹੀਂ ਗਾਏ, ਡਾਂਸਿੰਗ ਸੌਂਗਸ ਦੀ ਬੜੀ ਵੱਡੀ ਲਾਈਨ ਹੈ, ਬਿਲਕੁਲ ਬਿਲਕੁਲ ਮੇਰਾ ਹਿੱਟ ਗੀਤ ਹੈਗਾ ਬੰਦ ਬੋਤਲੇ ਗਿੱਧੇ ਦੇ ਵਿੱਚ ਖੁੱਲ ਖੁੱਲ ਜਾਵੇਂ, ਇਸ ਤੋਂ ਇਲਾਵਾ ਮੇਲੇ ਵਿੱਚ ਪਹਿਣ ਬੋਲੀਆਂ, ਖੜਕਾ ਦੜਕਾ ਨਾ ਹੋਵੇ, ਪਤਲੋ, ਕਾਫੀ ਸਾਰੇ ਸੌਂਗਸ ਹੈਗੇ ਨੇ, ਤੀਆਂ ਦਾ ਗੀਤ ਹੈ ਜੀ, ਮੈਂ ਜਾਣੀ ਕੁਛ ਨਾ ਕੁਛ ਮੇਰੇ ਦਿਮਾਗ 'ਚ ਇੱਦਾਂ ਦਾ ਚੱਲਦਾ ਰਹਿੰਦਾ ਕਿ ਸਾਡੇ ਸਾਰੇ ਤਿਉਹਾਰ ਕਵਰ ਕਰ ਲਏ ਜਾਣ ਜੀ, ਅਤੇ ਮੈਂ ਨਵੇਂ ਸਾਲ 'ਤੇ ਵੀ ਗੀਤ ਗਾਇਆ ਸੀਗਾ ਇੱਕ, ਹੈ ਨਾ, ਕਿ ਨਵਾਂ ਸਾਲ ਸੁੱਖ ਦਾ ਚੜ੍ਹਾਈ ਮੇਰੇ ਮਾਲ, ਕੁਛ ਕੁਛ ਇੱਦਾਂ ਦਾ ਹੈਗਾ ਕਿ ਵੀ ਇਹ ਮੈਂ ਸਰੋਤਿਆਂ ਨੂੰ ਬੇਨਤੀ ਕਰੂੰਗਾ ਕਿ ਵਹਿਮ ਨਾ ਰੱਖਿਆ ਕਰੋ, ਗਾਣੇ ਮੇਰੇ ਕੋਲ ਸਾਰੇ ਤਰ੍ਹਾਂ ਦੇ ਹੈਗੇ ਜੀ। ਬਿਲਕੁਲ ਬਿਲਕੁਲ। ਅੱਛਾ, ਕੀ ਤੁਸੀਂ ਕਿਹੜੀ ਚੀਜ਼ ਮੁੱਖ ਰੱਖਦੇ ਹੋ ਜਦੋਂ ਇੱਕ ਗੀਤ ਸਿਲੈਕਟ ਕਰਨਾ ਹੁੰਦਾ, ਜਦੋਂ ਤੁਹਾਨੂੰ ਕੋਈ ਗੀਤ ਲੈ ਕੇ ਆਉਂਦਾ ਤੁਹਾਡੇ ਕੋਲ, ਜਾਂ ਕਿਹੜੀਆਂ ਚੀਜ਼ਾਂ ਉਹਦੇ ਵਿੱਚ ਤੁਸੀਂ ਮੇਨ ਪੁਆਇੰਟਸ ਰੱਖਦੇ ਹੋ ਕਿ ਮੇਰੇ ਗੀਤ ਵਿੱਚ? ਪਹਿਲੀ ਗੱਲ ਤਾਂ ਮੈਂ ਪੰਜਾਬੀਅਤ ਨੂੰ ਮੁੱਖ ਰੱਖਦਾ। ਕੀ ਬਾਤ ਹੈ, ਕਿ ਸਾਡਾ ਜਿਹੜਾ ਸੱਭਿਆਚਾਰ ਹੈ ਕਿ ਇਹੋ ਗੀਤਾਂ ਨੂੰ ਅਲਾਓ ਕਰਦਾ, ਇਹ ਵਰਡਿੰਗ ਸਾਡੇ ਸੱਭਿਆਚਾਰ ਦੇ ਨੇੜੇ ਤੇੜੇ ਹੈਗੀ। ਬਿਲਕੁਲ, ਮੈਂ ਉਹ ਗੱਲ ਨਹੀਂ ਕਰਦਾ ਜਿਹਦੇ ਵਿੱਚ ਮਾੜ ਧਾੜ ਹੋਵੇ, ਜਾਂ ਕੋਈ ਨਸ਼ੇ ਨੂੰ ਪ੍ਰਮੋਟ ਕਰਨ ਵਾਲੀ ਗੱਲ ਹੋਵੇ, ਹੈ ਨਾ, ਜਾਂ ਕੋਈ ਇੱਦਾਂ ਦੀ ਉਹ ਲਹਿਦਾ ਜੀ ਗੱਲ ਹੋਵੇ ਜਿਹਦੇ ਵਿੱਚ ਉਹ ਛਿੱਤਰ ਖਾਣ ਵਾਲੀ ਗੱਲ ਹੋਵੇ, ਹੈ ਨਾ ਜੀ, ਉਹ ਜਿਹੀਆਂ ਗੱਲਾਂ ਮੈਨੂੰ ਨਹੀਂ ਪਾਉਂਦੀਆਂ, ਨਾ ਮੈਂ ਗਾ ਕੇ ਰਾਜ਼ੀ ਹਾਂ। ਅੱਜ ਕੱਲ੍ਹ ਤਾਂ ਟ੍ਰੈਂਡ ਹੀ ਇਹ ਚੱਲ ਪਿਆ ਹੋਇਆ ਵੀ ਉਹ ਵੀ ਕੁਛ ਵੀ ਕਰਕੇ ਅੱਗੇ ਆ ਜਾਓ, ਹੈ ਨਾ। ਬਿਲਕੁਲ ਨਹੀਂ, ਬਟ ਮੈਂ ਕਦੇ ਨਹੀਂ ਇੱਦਾਂ ਸੋਚਿਆ, ਮੇਰੀ ਸੋਚ ਹੀ ਰੱਬ ਨੇ ਇੱਦਾਂ ਦੀ ਬਣਾਈ ਹੈ ਕਿ ਮੈਂ ਇਹੋ ਜਿਹਾ ਗੀਤ ਨਾ ਗਾਵਾਂ ਜਿਹਦੇ ਨਾਲ ਮੇਰੀ ਬਣੀ ਬਣਾਈ ਪਾਣੀ 'ਤੇ ਪਾਣੀ ਫਿਰ ਜਾਵੇ। ਬਿਲਕੁਲ, ਮੈਂ ਇਹੋ ਜਿਹਾ ਗੀਤ ਨਾ ਗਾਵਾਂ। ਮੈਂ ਇੱਕ ਵਾਰੀ, ਮੈਨੂੰ ਕਿਸੇ ਨੇ ਔਫਰ ਕੀਤੀ ਸੀ, ਦਿੱਲੀਓਂ ਸੀਗੇ ਉਹ ਮੁੰਡੇ, ਉਹਨਾਂ ਨੇ ਗੀਤ ਬਣਾਇਆ ਅਤੇ ਮੈਨੂੰ ਕਹਿੰਦੇ ਜੀ ਕੀ ਲਓਗੇ ਵੋਕਲ ਦਾ, ਮੈਂ ਉਹਨਾਂ ਨੂੰ ਜ਼ਿਆਦਾ ਪੇਮੈਂਟ ਦੱਸੀ ਆਪਣੇ ਵੱਲੋਂ ਕਿ ਵੀ ਮੈਂ ਇੰਨੇ ਪੈਸੇ ਲਊਂਗਾ, ਅਤੇ ਮੈਂ ਕਿਹਾ ਚਲੇ ਜਾਣਗੇ, ਉਹ ਕਹਿੰਦੇ ਵੀ ਨਹੀਂ ਜੀ ਤੁਸੀਂ ਆ ਜਾਓ ਦਿੱਲੀ, ਆਪਾਂ ਰਿਕਾਰਡਿੰਗ ਕਰਨੀ ਹੈ। ਮੈਂ ਉਹਨਾਂ ਨੇ ਮੇਰੀ
ਮੈਨੂੰ ਕਹਿ ਦਿੱਤਾ ਅਤੇ ਮੈਂ ਚਲਾ ਗਿਆ ਇੱਥੋਂ ਗੱਡੀ ਚੱਕ ਕੇ ਦਿੱਲੀ ਗਿਆ ਮੈਂ। ਉਹਨਾਂ ਨੇ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਮੈਨੂੰ ਪੈਸੇ ਰੱਖ ਦਿੱਤੇ ਮੇਰੇ ਟੇਬਲ 'ਤੇ। ਅੱਛਾ ਜੀ, ਕਿਹਾ ਲਓ ਜੀ ਤੁਸੀਂ ਜੋ ਪੇਮੈਂਟ ਮੰਗੀ ਸੀ ਅਤੇ ਗਾਣਾ ਡੱਬ ਕਰ ਦਿਓ ਅੱਜ। ਮੈਂ ਕਿਹਾ ਜੀ ਪਹਿਲਾਂ ਗਾਣਾ ਸੁਣਾਓ, ਪਹਿਲਾਂ ਮੈਂ ਪੈਸੇ ਨਹੀਂ ਲੈਣੇ। ਜਦੋਂ ਮੈਂ ਗਾਣਾ ਸੁਣਿਆ ਉਹਦੇ ਵਿੱਚ ਇੰਨੀ ਕੁ ਲੱਚਰਤਾ ਸੀਗੀ ਕਿ ਮੇਰੀ ਸਮਝ ਤੋਂ ਬਾਹਰ ਸੀਗਾ। ਮੈਂ ਕਿਹਾ ਮੈਂ ਗਲਤੀ ਕੀਤੀ, ਮੈਂ ਪਹਿਲਾਂ ਗਾਣਾ ਮੰਗਵਾ ਕੇ ਸੁਣਨਾ ਸੀਗਾ। ਅਤੇ ਫਿਰ ਮੈਂ ਉਹਨਾਂ ਨੂੰ ਨਾ ਕਰਕੇ ਆ ਗਿਆ। ਮੈਂ ਕਿਹਾ ਭਾਅ ਜੀ ਮੈਂ ਤਾਂ ਬਹੁਤ ਸੋਬਰ ਗੀਤ ਗਾਏ ਨੇ, ਕੋਈ ਮੇਰੇ ਮਤਲਬ ਦਾ ਹੋਇਆ ਤਾਂ ਮੈਂ ਜ਼ਰੂਰ ਗਾਊਂਗਾ। ਬਿਲਕੁਲ, ਔਰ ਮੈਨੂੰ ਲੱਗਦਾ ਕਿ ਇਹੋ ਜਿਹੇ ਡਿਸੀਜਨਸ ਲੈਣੇ ਬਹੁਤ ਜ਼ਰੂਰੀ ਹੋ ਜਾਂਦੇ ਨੇ ਜ਼ਿੰਦਗੀ ਦੇ ਵਿੱਚ, ਸਪੈਸ਼ਲੀ ਜਦੋਂ ਲੋਕ ਤੁਹਾਨੂੰ ਸੁਣਦੇ ਹੋਣ। ਹਾਂ, ਅੱਜ ਅਗਰ ਅੱਛਾ ਗਾਉਣ ਵਾਲਿਆਂ ਨੂੰ ਇਹ ਇਹ ਉਹਨਾਂ ਦੀ ਉਹ ਬਣਦੀ ਹੈਗੀ, ਜ਼ਿੰਮੇਵਾਰੀ ਬਣਦੀ ਬਿਲਕੁਲ ਕਿ ਉਹ ਅੱਛਾ ਗਾਉਂਦੇ ਨੇ ਤਾਂ ਅੱਛਾ ਹੀ ਗਾਣ, ਕੋਈ ਗੱਲ ਨਹੀਂ। ਤੁਸੀਂ ਥੋੜ੍ਹਾ ਜਿਹਾ ਕੋਈ ਪਲਾਜ਼ਾ ਘੱਟ ਖਰੀਦ ਲਓਗੇ, ਕੋਈ ਰੋਟੀ ਤਾਂ ਚੱਲਦੀ ਹੈ ਨਾ ਜੀ। ਇੰਨਾ ਕੁ ਤਾਂ ਪੰਜਾਬੀਆਂ ਨੂੰ ਪਤਾ ਹੈ ਕਿ ਵੀ ਜੇ ਕੋਈ ਸਾਡੇ ਸੱਭਿਆਚਾਰ ਦੇ ਨੇੜੇ ਤੇੜੇ ਰਹਿ ਕੇ ਗਾਉਂਦਾ ਅਸੀਂ ਉਹਦਾ ਵੀ ਖਿਆਲ ਰੱਖੀਏ। ਬਿਲਕੁਲ, ਮੈਨੂੰ ਕੋਈ ਪ੍ਰੋਗਰਾਮਸ ਦੀ ਕਮੀ ਨਹੀਂ ਹੈਗੀ, ਮੈਨੂੰ ਕੋਈ ਇੱਦਾਂ ਦੀ ਕਮੀ ਨਹੀਂ ਹੈਗੀ ਕਿ ਵੀ ਮੈਂ ਸੰਤੁਸ਼ਟੀ ਫੀਲ ਕਰਦਾ ਆਪਣੇ ਆਪ ਦੇ ਵਿੱਚ, ਹੈ ਨਾ। ਬਿਲਕੁਲ, ਰੱਬ ਦਾ ਬੜਾ ਸ਼ੁਕਰ ਹੈ, ਮੇਰਾ ਪਰਿਵਾਰ ਸੁਖੀ ਹੈ, ਸਭ ਠੀਕ ਠਾਕ ਹੈ। ਫਿਰ ਵੀ ਮੈਂ ਐਵੇਂ ਕਰੋੜਾਂ ਦੇ ਮਗਰ ਲੱਗ ਜਾਵਾਂ ਕਿ ਵੀ ਮੈਨੂੰ ਉਹ ਚਾਹੀਦੇ ਨੇ, ਮੈਨੂੰ ਆਹ ਨਹੀਂ ਚਾਹੀਦਾ। ਬਿਲਕੁਲ ਨਹੀਂ, ਮੇਰੀ ਉਹ ਨੀਅਤ ਨਹੀਂ ਹੈਗੀ। ਠੀਕ ਹੈ, ਜਿੰਨਾ ਕਹੇਗਾ ਠੀਕ ਹੈ, ਰੱਬ ਦਾ ਸ਼ੁਕਰ। ਅੱਛਾ, ਮੈਂ ਅੱਜ ਇੱਥੇ ਪਹੁੰਚਣ ਦੀ ਤੁਹਾਡੀ ਗੱਲ ਕਰਦੀ ਹਾਂ ਵੀ ਜਿਹੜੇ ਤੁਹਾਡੇ ਸਮਿਆਂ ਦੇ ਗਾਇਕ ਨੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਨੇ, ਅਤੇ ਅੱਜ ਦੇ ਜਿਹੜੇ ਗਾਇਕ ਨਵੇਂ ਮੁੰਡੇ ਜਿਹੜੇ ਅੱਗੇ ਆ ਰਹੇ ਨੇ ਜਾਂ ਕੁੜੀਆਂ ਜਿਹੜੀਆਂ ਗਾਇਕੀ 'ਚ ਅੱਗੇ ਆ ਰਹੀਆਂ ਨੇ, ਹੈ ਨਾ, ਇਹ ਚੀਜ਼ਾਂ ਅਕਸਰ ਵੇਖਣ ਨੂੰ ਮਿਲਦੀਆਂ ਜਦੋਂ ਵੀ ਕੋਈ ਗਾਇਕ ਆਉਂਦਾ ਜਾਂ ਕੋਈ ਐਕਟਰ ਸਾਹਮਣੇ ਆਉਂਦਾ ਜਾਂ ਕਿਤੇ ਵੀ ਕੋਈ ਇੰਟਰਵਿਊ ਹੁੰਦੀ ਹੈ ਅਤੇ ਉਹਨਾਂ ਦੇ ਨਾਲ ਇੱਕ ਵੱਡਾ ਇਕੱਠ ਤੁਰਦਾ ਜੀ, ਪਰ ਤੁਹਾਡੇ ਨਾਲ ਕੋਈ ਇਕੱਠ ਨਹੀਂ ਹੈ। ਤੁਹਾਡਾ ਮਤਲਬ ਕਹਿਣ ਦਾ ਕਿ ਬੌਂਸਰ, ਤਿੰਨ ਚਾਰ ਦੋਸਤ, ਹੈ ਨਾ, ਅਗਲੇ ਦਾ ਚਾਹ ਦਾ ਖਰਚਾ ਹੋਵੇ ਚੰਗੀ ਤਰ੍ਹਾਂ, ਰੋਟੀ ਦਾ ਖਰਚਾ ਨਹੀਂ ਜੀ। ਦੇਖੋ ਮੈਂ ਸਿੰਪਲ ਸਾਦਾ ਜਿਹਾ ਬੰਦਾ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਹਰ ਜਗ੍ਹਾ ਮੈਂ ਇਕੱਲਾ ਜਾਂਦਾ ਜਾਂ ਮੇਰਾ ਮੇਰੇ ਨਾਲ ਮੇਰਾ ਡਰਾਈਵਰ ਭਰਾ ਹੁੰਦਾ ਅਤੇ ਇੱਕ ਅੱਧਾ ਮੁੰਡਾ ਮੇਰੇ ਨਾਲ ਕਦੇ ਕਦਾਰ ਹੁੰਦਾ ਗਾ, ਹੋਰ ਹੁੰਦਾ ਗਾ। ਅਦਰਵਾਈਜ਼ ਕੋਈ ਇਹੋ ਜਿਹੀ ਗੱਲ ਹੀ ਨਹੀਂ ਕੀਤੀ ਕਦੇ ਜ਼ਿੰਦਗੀ ਦੇ ਵਿੱਚ ਕਿ ਕਿਸੇ ਨੂੰ ਬੁਰੀ ਲੱਗੇ, ਹੈ ਨਾ। ਫਿਰ ਮੈਨੂੰ ਇੱਦਾਂ ਲੱਗਦਾ ਕਿ ਮੇਰਾ ਕੋਈ ਦੁਸ਼ਮਣ ਨਹੀਂ ਹੈਗਾ, ਬਿਲਕੁਲ ਨਾ ਕੋਈ ਵੈਰੀ ਨਾ ਹੀ ਬੇਗਾਨਾ, ਹੈ ਨਾ। ਅਤੇ ਮੈਨੂੰ ਨਹੀਂ ਇੱਦਾਂ ਫੀਲ ਹੋਇਆ, ਮੈਂ ਜਿੱਥੇ ਉੱਤਰ ਕੇ ਖੜਾ ਹੋ ਜਾਂਦਾ ਲੋਕ ਫੋਟੋਆਂ ਕਰਾਉਂਦੇ ਨੇ, ਪਿਆਰ ਦਿੰਦੇ ਨੇ, ਮੈਨੂੰ ਆਸ਼ੀਰਵਾਦ ਦਿੰਦੇ ਨੇ, ਮੈਨੂੰ ਦੁਆਵਾਂ ਦਿੰਦੇ ਆ। ਬਿਲਕੁਲ, ਅਤੇ ਮੈਨੂੰ ਲੱਗਦਾ ਜੇ ਮੈਂ ਇਕੱਠ ਲੈ ਕੇ ਚੱਲੂੰਗਾ ਤਾਂ ਫਿਰ ਸ਼ਾਇਦ ਮੈਂ ਉਹ ਦੁਆਵਾਂ ਤੋਂ ਵਾਂਝਾ ਰਹਿ ਜਾਊਂਗਾ, ਹੈ ਨਾ। ਜਿਹਨਾਂ ਲੋਕਾਂ ਨੂੰ ਅਸੀਂ ਮੁਹੱਬਤ ਨਾਲ ਨੇੜੇ ਲੈ ਕੇ ਆਉਣਾ ਚਾਹੁੰਦੇ ਹਾਂ, ਉਹ ਸਾਡੇ ਤੋਂ ਦੂਰ ਨਾ ਰਹਿਣ, ਉਹ ਮੁਹੱਬਤ ਨਾਲ ਹੀ ਰਹਿਣ ਸਾਡੇ ਨਾਲ। ਬਿਲਕੁਲ, ਕਿਉਂਕਿ ਇਹੀ ਲੋਕ ਤੁਹਾਨੂੰ ਬਣਾਉਣ ਵਾਲੇ ਨੇ। ਪਰ ਕਈਆਂ ਦੀ ਅਸੀਂ ਇੰਟਰਵਿਊਜ਼ ਵੇਖਦੇ ਹਾਂ ਜਾਂ ਜਿਹੜੇ ਅੱਜ ਕੱਲ੍ਹ ਨਵੇਂ ਆਏ ਹੁੰਦੇ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਹਿ ਦਿੰਦੇ ਨੇ ਕਿ ਮੇਰਾ ਇੰਨਾ ਇਕੱਠ ਹੈ ਜਾਂ ਇਹ ਮੇਰਾ ਭਰਾ, ਇਹ ਮੇਰਾ ਭਰਾ, ਮਤਲਬ ਇਹੋ ਜਿਹੀਆਂ ਗੱਲਾਂ ਬਹੁਤ ਸੁਣਨ ਨੂੰ ਮਿਲਦੀਆਂ। ਨਹੀਂ, ਠੀਕ ਹੈ, ਉਹਨਾਂ ਦੀ ਆਪਣੀਆਂ ਹੈਗੀਆਂ ਨੇ। ਜਿੱਦਾਂ ਮੇਰੇ ਦਿਮਾਗ ਦੇ ਵਿੱਚ ਇਹ ਹੁੰਦਾ ਕਿ ਵੀ ਜਿੱਥੇ ਕਿਤੇ ਮੈਨੂੰ ਫੀਲ ਹੁੰਦਾ ਕਿ ਵੀ ਹਾਂ ਜੀ ਇੱਥੇ ਥੋੜ੍ਹਾ ਜਿਹਾ ਮਾਹੌਲ ਜਿਹੜੇ ਏਰੀਏ 'ਚ ਚੱਲਿਆ ਉੱਥੇ, ਉਹਨਾਂ ਨੂੰ ਅਗਲਿਆਂ ਨੂੰ ਹੀ ਕਹਿ ਦਈਦਾ ਜੀ ਭਾਈ ਚਾਰ ਸਪੌਂਸਰ ਕਰ ਲਿਓ ਜਾਂ ਕੋਈ ਸਿਕਿਉਰਿਟੀ ਇੱਦਾਂ ਦੀ ਕਰ ਲਿਓ ਜਿਹਦੇ ਨਾਲ ਤੁਹਾਡਾ ਪ੍ਰੋਗਰਾਮ ਖਰਾਬ ਨਾ ਹੋ। ਬਿਲਕੁਲ ਬਿਲਕੁਲ, ਹੈ ਨਾ। ਮੇਰਾ ਕੀ ਹੈ, ਮੈਂ ਤਾਂ ਉੱਥੋਂ ਗੱਡੀ 'ਚੋਂ ਛਾਲ ਮਾਰ ਕੇ ਨਿਕਲੇ ਆਊਂਗਾ, ਤੁਹਾਡਾ ਪ੍ਰੋਗਰਾਮ ਨਾ ਖਰਾਬ ਹੋਵੇ। ਆਪਾਂ 2 ਘੰਟੇ ਦੇ ਤੁਹਾਡੇ ਤੋਂ ਪੈਸੇ ਲਏ ਹੈ ਅਤੇ ਮੇਰੀ ਰੂਹ ਵੀ ਇਹ ਹੁੰਦੀ ਹੈ ਕਿ ਵੀ ਮੈਂ ਉਹ ਹੱਕ ਹਲਾਲ ਦੇ ਹੋਣ ਮੇਰੇ, ਮੈਂ ਕੰਮ ਕਰਕੇ ਆਵਾਂ।
ਤੇ ਤਾਂ ਮੈਨੂੰ ਉਹ ਪਚਦੇ ਆ ਪੈਸੇ। ਅੱਛਾ, ਕਦੀ ਅਜਿਹਾ ਹੋਇਆ ਵੀ ਤੁਸੀਂ ਇਕੱਲੇ ਗਏ ਹੋਵੋ ਕਿਸੇ ਪ੍ਰੋਗਰਾਮ 'ਤੇ ਜਾਂ ਕੁਛ ਅਜਿਹਾ ਹੋ ਗਿਆ ਹੋਏ ਤੁਸੀਂ ਬਾਊਂਸਰਸ ਨਾ ਖੜੇ ਹੋਣ? ਇੱਕ ਵਾਰੀ ਬਾਊਂਸਰ ਨਾਲ ਜਾਣ ਨਾਲ ਪੰਗਾ ਹੋ ਗਿਆ ਸੀਗਾ। ਕੀ ਪੰਗਾ ਹੋਇਆ ਸੀ? ਉਹ ਮੈਂ ਇੱਕ ਵਾਰੀ ਲੈ ਗਿਆ ਅਤੇ ਉਹ ਮੈਂ ਕੋਈ ਮੁੰਡਾ ਸੀਗਾ, ਹੁੰਦੇ ਤਾਂ ਮੁਹੱਬਤ ਕਰਨ ਵਾਲੇ ਹੀ ਨੇ, ਪਰ ਉਹਨੇ ਥੋੜ੍ਹਾ ਜਿਹਾ ਜਿੱਦਾਂ ਨਸ਼ਾ ਕੀਤਾ ਹੋਇਆ ਸੀਗਾ ਮੁੰਡੇ ਨੇ। ਅੱਛਾ ਜੀ। ਉਹ ਆ ਕੇ ਫੋਟੋ ਕਰਾਉਣੀ ਚਾਹੁੰਦਾ ਸੀਗਾ, ਮੈਂ ਉਹ ਮੇਰੇ ਬਾਊਂਸਰ ਨੇ ਉਹਨੂੰ ਪਹਿਲਾਂ ਹੀ ਰੋਕ ਦਿੱਤਾ। ਉਹ ਦੋ ਵਾਰੀ ਰੋਕਿਆ, ਤੀਸਰੀ ਵਾਰ ਉਹ ਸੱਤ ਅੱਠ ਜਾਣੇ ਸੀਗੇ ਉੱਠ ਕੇ ਚਲੇ ਗਏ। ਗਏ ਉਸ ਤੋਂ ਬਾਅਦ ਜਦੋਂ ਅਸੀਂ ਪ੍ਰੋਗਰਾਮ ਕਰਕੇ ਨਿਕਲੇ ਤਾਂ ਉਹਨਾਂ ਨੇ ਜਿਹੜੇ ਪ੍ਰੋਗਰਾਮ ਜਿਹੜੇ ਮੋੜ ਤੋਂ ਅਸੀਂ ਲੰਘਣਾ ਸੀ ਉੱਥੇ ਉਹ ਤਲਵਾਰਾਂ ਲੈ ਕੇ ਖੜੇ ਹੋਏ। ਫਿਰ ਮੇਰੇ ਬਾਊਂਸਰ ਸੀਗੇ ਨਾਲ ਦੋ ਮੁੰਡੇ, ਉਹ ਉਤਰੇ, ਉਤਰ ਕੇ ਕਹਿੰਦੇ ਆ ਕਿ ਭਾਅ ਜੀ ਤੁਸੀਂ ਵਿੱਚ ਹੀ ਬੈਠੇ ਹੋ, ਕੋਈ ਨਾ ਅਸੀਂ ਇਹਨਾਂ ਨੂੰ ਕਰਦੇ ਹਾਂ ਗੱਲ। ਇਹਨਾਂ ਮੈਂ ਕਿਹਾ ਹੁਣ ਇਹ ਤੁਹਾਡੇ ਕੰਮ ਕਰਨ ਵਾਲਾ ਨਹੀਂ ਹੈਗਾ, ਇੱਥੇ ਇੱਦਾਂ ਨਹੀਂ ਲੰਘਿਆ ਜਾਣਾ। ਬਿਲਕੁਲ। ਜੇ ਤੁਸੀਂ ਇਹਨਾਂ ਨਾਲ ਅੜੋਗੇ, ਉਹਨਾਂ ਕੋਲ ਤਿੱਖੇ ਹਥਿਆਰ ਨੇ, ਉਹ ਤੁਹਾਡੇ ਮਾਰ ਸਕਦੇ ਆ, ਤੁਸੀਂ ਬੈਠੋ ਵਿੱਚ। ਬਿਲਕੁਲ। ਮੈਂ ਬਾਹਰ ਨਿਕਲਿਆ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਕੀ ਪ੍ਰੋਬਲਮ ਕੀ ਹੈ? ਕਹਿੰਦੇ ਭਾਈ ਸਾਹਿਬ ਤੁਹਾਡੇ ਬਾਊਂਸਰ ਨੂੰ ਕੁੱਟਣਾ, ਉਹਨੇ ਮੇਰੇ ਫੋਟੋ ਨਹੀਂ ਕਰਾਉਣ ਦਿੱਤੀ। ਅੱਛਾ। ਮੈਂ ਕਿਹਾ ਯਾਰ ਫੋਟੋ ਦੀ ਗੱਲ ਹੈ ਨਾ, ਤੁਸੀਂ ਹੁਣ ਕਰਾ ਲਓ। ਮੈਂ ਕਿਹਾ ਆਪਣੇ ਹਥਿਆਰ ਰੱਖੋ ਪਰੇ ਅਤੇ ਤੁਸੀਂ ਮੇਰੇ ਨਾਲ ਫੋਟੋਆਂ ਕਰਾ ਲਓ। ਉਹਨਾਂ ਨੇ ਬੜੇ ਸਿਆਣੇ ਨਿਕਲੇ ਉਹ ਇਸ ਗੱਲੋਂ, ਧੰਨਵਾਦ ਵੀ ਉਹਨਾਂ ਦਾ ਕਿ ਉਹਨਾਂ ਨੇ ਕੋਈ ਖਰੂਦ ਨਹੀਂ ਕੀਤਾ। ਉਹਨਾਂ ਨੇ ਇੱਕ ਇੱਕ ਜਾਣੇ ਨੇ ਆਪਣਾ ਹਥਿਆਰ ਪਰੇ ਰੱਖਿਆ ਅਤੇ ਮੇਰੇ ਨਾਲ ਫੋਟੋਆਂ ਕਰਾਈਆਂ ਸਾਰਿਆਂ ਨੇ। ਕਹਿੰਦੇ ਇਹਨਾਂ ਦਾ ਕੀ ਕਰੀਏ? ਮੈਂ ਕਿਹਾ ਨਹੀਂ, ਇਹਨਾਂ ਨੂੰ ਮਾਫ਼ ਕਰ ਦਿਓ, ਕੋਈ ਨਾ ਮੇਰੇ ਨਾਲ ਆਏ ਹੈ ਜੀ, ਅਤੇ ਉਹ ਨਿਕਲ ਗਏ। ਕੋਈ ਇੱਦਾਂ ਦੀ ਗੱਲਬਾਤ ਨਹੀਂ ਹੋਈ, ਅਸੀਂ ਬੜੇ ਆਰਾਮ ਨਾਲ ਉੱਥੋਂ ਨਿਕਲੇ। ਮਤਲਬ ਇਸ ਗੱਲ 'ਚ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਿਹੜਾ ਆ ਹੈ ਨਾ, ਇਹ ਬਹੁਤ ਅੱਛਾ ਹੈਗਾ, ਇਹ ਸਭ ਤੋਂ ਵੱਡਾ ਬਾਊਂਸਰ ਹੈ ਤਾਂ। ਬਿਲਕੁਲ ਹੈ ਨਾ ਜੀ, ਮੇਰੇ ਖਿਆਲ ਦੇ ਵਿੱਚ ਤਾਂ ਇੱਦਾਂ ਹੀ ਹੈ, ਮੈਨੂੰ ਬਾਕੀਆਂ ਦਾ ਤਾਂ ਕੁਛ ਪਤਾ ਨਹੀਂ ਹੈਗਾ। ਅਤੇ ਬਾਕੀ ਕਹਿੰਦੇ ਨੇ ਕਿ ਤੁਸੀਂ ਪੁਰਾਣੇ ਕਲਾਕਾਰ ਹੋ, ਜਿਵੇਂ ਹੁਣ ਤੁਸੀਂ ਵੀ ਕਿਹਾ ਹੈ ਨਾ ਵੀ ਤੁਸੀਂ ਕਾਫ਼ੀ ਦੇਰ ਦੇ ਕੰਮ ਕਰਦੇ ਹੋ, ਆਰਟਿਸਟ ਕਦੇ ਵੀ ਪੁਰਾਣਾ ਨਹੀਂ ਹੁੰਦਾ। ਮੇਰੇ ਖਿਆਲ ਦੇ ਵਿੱਚ ਸਾਡੀ ਇੰਡਸਟਰੀ ਦੇ ਵਿੱਚ ਬਾਪੂ ਜੀ, ਬਾਬੂ ਸਿੰਘ ਮਾਨ ਜੀ ਦੀ ਜੀ ਜੀ ਸਭ ਤੋਂ ਵੱਡੀ ਉਮਰ ਹੋਣੀ ਹੈ। ਉਹਨਾਂ ਦਾ ਗੀਤ ਹਾਲੇ ਵੀ, ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ, ਐਡਾ ਰੋਮਾਂਟਿਕ ਸੌਂਗ ਕਿਸੇ ਨੇ ਲਿਖਿਆ ਹੀ ਨਹੀਂ ਹੋਣਾ ਮੇਰੇ। ਬਿਲਕੁਲ। ਅਤੇ ਬਾਲੀਵੁੱਡ ਇੰਡਸਟਰੀ ਦੇ ਵਿੱਚ ਅਮਿਤਾਭ ਬੱਚਨ ਕਿੰਨੀ ਉਮਰ ਦੇ ਹੋ ਗਏ, ਅੱਜ ਵੀ ਉਹਨਾਂ ਦੀ ਕਲਕੀ ਮੂਵੀ ਆਈ ਹੈ। ਬਿਲਕੁਲ ਬਿਲਕੁਲ। ਅਤੇ ਉਹਨਾਂ ਨੇ ਕਿੰਨਾ ਅੱਛਾ ਉਹਦੇ ਵਿੱਚ ਕੰਮ ਕੀਤਾ ਹੈ ਨਾ। ਸੋ ਆਰਟਿਸਟ ਕਦੇ ਵੀ ਪੁਰਾਣਾ ਨਹੀਂ ਹੁੰਦਾ, ਆਰਟਿਸਟ ਜਿੰਨਾ ਘਿਸਦਾ ਉਨੀ ਉਹਦੀ ਅਕਲ ਵਧੀਆ ਹੁੰਦੀ ਜਾਂਦੀ ਹੈ, ਉਨਾ ਹੀ ਉਹਦਾ ਜਿਹੜਾ ਫਨ ਹੈ, ਜਿਹੜੇ ਉਹਦੀ ਉਹਦੀ ਕਲਾਕਾਰੀ ਹੈ, ਉਹ ਹੋਰ ਵਧੀਆ ਤਰਾਸ਼ਦੀ ਜਾਂਦੀ ਹੈ। ਮਤਲਬ ਉਹਦੇ ਐਕਸਪੀਰੀਅੰਸ ਇੰਨੇ ਹੋ ਜਾਂਦੇ ਨੇ, ਉਹਦੇ ਕੋਲ ਕਿੱਸੇ ਇੰਨੇ ਹੋ ਜਾਂਦੇ ਨੇ ਜ਼ਿੰਦਗੀ ਦੇ ਕਿ ਉਹ ਲੋਕਾਂ ਨੂੰ ਅਕਲ ਦਿੰਦਾ ਹੈ ਜੀ। ਤੁਸੀਂ ਪਾਣੀ ਦੀਆਂ ਛੱਲਾਂ ਹੋਣ ਦੀ ਗੱਲ ਕੀਤੀ ਹੈ ਨਾ, ਉਹ ਗੀਤ ਅੱਜ ਵੀ ਜੇ ਅਸੀਂ ਸੁਣਦੇ ਹਾਂ ਤੇ ਉਹ ਇੱਕ ਫਰੈਸ਼ ਫੀਲ ਦਿੰਦਾ ਹੈ ਨਾ। ਬਿਲਕੁਲ। ਬਹੁਤ ਸਾਰੇ ਗੀਤ ਅਜਿਹੇ ਹੁੰਦੇ ਨੇ, ਕਦੀ ਵੀ ਤੁਸੀਂ ਸੁਣ ਲਓ, ਹਮੇਸ਼ਾ ਉਸ ਗਾਣੇ ਨੇ ਜਵਾਨੀਆਂ ਮਾਣੀਆਂ ਨੇ। ਬਿਲਕੁਲ ਬਿਲਕੁਲ। 15-16 ਸਾਲ ਆਈ ਥਿੰਕ ਹੋ ਗਏ ਜਾਂ ਜ਼ਿਆਦਾ ਹੋ ਗਏ, ਹੋ ਗਏ ਨਾ, ਇੰਨਾ ਸਮਾਂ ਹੋ ਗਿਆ ਉਸ ਗੀਤ ਨੂੰ, ਪਰ ਅੱਜ ਵੀ ਜਦੋਂ ਉਹ ਗੀਤ ਸੁਣਦੇ ਆ ਤੇ ਬਹੁਤ ਚੰਗਾ ਲੱਗਦਾ। 2006 ਚ ਆਇਆ ਸੀਗਾ ਉਹ ਗੀਤ। ਹਾਂਜੀ। ਅੱਜ 24 ਹੋ ਗਏ, 20 ਸਾਲ ਹੋ ਚੱਲੇ। 20 ਸਾਲ ਦਾ ਅਰਸਾ ਹੋ ਗਿਆ ਉਸ ਗੀਤ ਨੂੰ। ਅੱਜ ਵੀ ਮੈਂ ਜਿੱਥੇ ਜਾਣਾ ਤੇ ਉਹਦੀਆਂ ਰੀਲਾਂ ਵੀ ਦੇਖਦਾ ਮੈਂ ਬੜੀਆਂ ਸਾਰੀਆਂ, ਪਾਣੀ ਦੀਆਂ ਛੱਲਾਂ ਹੋਵਣ, ਤੂੰ ਮੈਂ ਹੋਵਾਂ, ਤੇ ਉਹ ਮੇਰੇ ਤੋਂ ਸੁਣਿਆ ਹੀ ਸੁਣਿਆ ਜਾਂਦਾ ਹੈਗਾ ਗੀਤ।
ਅਸੀਂ ਵੀ ਸੁਣਾਂਗੇ, ਪਰ ਮੈਨੂੰ ਇਹ ਵੀ ਪਤਾ ਲੱਗਾ ਕਿ ਇਸ ਗੀਤ ਦੇ ਪਿੱਛੇ ਕਹਾਣੀ ਵੀ ਹੈ। ਇਹ ਗੀਤ ਪਹਿਲਾਂ ਤੁਸੀਂ ਨਹੀਂ ਸੀ ਗਾਉਣਾ? ਹਾਂ, ਇਹ ਸੋਨੂ ਨਿਗਮ ਜੀ ਨੇ ਗਾਉਣਾ ਸੀ ਪਹਿਲਾਂ। ਉਹ ਵੀ ਬਾਲੀਵੁੱਡ ਦੇ ਬੜੇ ਵੱਡੇ ਸਟਾਰ ਨੇ ਅਤੇ ਬਹੁਤ ਪਿਆਰਾ ਗਾਉਣ ਵਾਲੇ, ਪਰ ਮੈਨੂੰ ਮੇਰੀ ਨੀਯਤ ਸੀਗੀ ਕਿ ਵੀ ਮੈਨੂੰ ਮਿਲੇ ਇਹ ਗੀਤ, ਹੈ ਨਾ। ਇਹ ਜੈਦੇਵ ਭਾਅ ਜੀ ਦਾ ਥੈਂਕਸ ਹੈ ਕਿ ਉਹਨਾਂ ਨੇ ਸਟੈਂਡ ਲਿਆ ਮੇਰੇ ਲਈ, ਅਤੇ ਜੈਦੇਵ ਭਾਅ ਜੀ ਨੇ ਮੈਨੂੰ ਬੁਲਾ ਲਿਆ ਜੀ। ਜਦੋਂ ਮੈਂ ਗਿਆ ਤਾਂ ਉੱਥੇ ਬਾਪੂ ਜੀ ਵੀ ਬੈਠੇ ਹੋਏ ਸੀ ਜਿਨ੍ਹਾਂ ਨੇ ਲਿਖਿਆ। ਬਿਲਕੁਲ। ਉਹ ਕਈ ਵਾਰੀ ਜਦੋਂ ਗਾਣਾ ਬਣਾਉਂਦਾ ਹੈ ਬੰਦਾ, ਉਸ ਵੇਲੇ ਪ੍ਰੋਮਿਸ ਕਰ ਲੈਂਦਾ ਹੈ ਕਿ ਜੀ ਆਪਾਂ ਇਹ ਫਲਾਣੇ ਸਟਾਰ ਤੋਂ ਗਵਾਵਾਂਗੇ, ਹੈ ਨਾ, ਫਲਾਣੇ ਆਰਟਿਸਟ ਤੋਂ ਗਵਾਵਾਂਗੇ। ਉਸ ਵੇਲੇ ਸੋਨੂ ਨਿਗਮ ਜੀ ਦਾ ਨਾਮ ਮਤਲਬ ਐਡ ਕੀਤਾ ਗਿਆ ਸੀਗਾ। ਬਾਅਦ ਦੇ ਵਿੱਚ ਜੈਦੇਵ ਭਾਅ ਜੀ ਨੇ ਜਦੋਂ ਮੈਨੂੰ ਬੁਲਾਇਆ, ਮੈਨੂੰ ਗਾਣਾ ਇਹ ਸੁਣਾਇਆ, ਅਤੇ ਮੈਨੂੰ ਵੀ ਇੱਦਾਂ ਲੱਗਿਆ ਕਿ ਵੀ ਮੈਨੂੰ ਗਾਣਾ ਮੈਨੂੰ ਮਿਲ ਜਾਣਾ ਚਾਹੀਦਾ, ਹੈ ਨਾ, ਕਿਉਂਕਿ ਅੱਛੀ ਚੀਜ਼ ਹਰ ਇੱਕ ਬੰਦੇ ਨੂੰ ਮਨ 'ਚ ਹੁੰਦੀ ਹੈ ਕਿ ਵੀ ਮੈਨੂੰ ਮਿਲ ਜਾਏ। ਸੋ ਮੈਂ ਗਾਣਾ ਜਦੋਂ ਗਾਉਣ ਲੱਗਿਆ ਤਾਂ ਉਹ ਫਿਰ ਥੋੜ੍ਹਾ ਜਿਹਾ ਉਹਨਾਂ ਦੀ ਹੋਈ ਗੱਲਬਾਤ ਕਿ ਵੀ ਨਹੀਂ, ਤੁਸੀਂ ਤਾਂ ਸੋਨੂ ਜੀ ਤੋਂ ਕਹਿੰਦੇ ਸੀਗੇ ਗਾਉਣਾ, ਹੈ ਨਾ। ਮੈਂ ਕਿਹਾ ਜੀ ਮੈਨੂੰ ਇੱਕ ਵਾਰੀ ਗਾ ਲੈਣ ਦਿਓ। ਜਦ ਮੈਂ ਗਾਇਆ ਤਾਂ ਫਿਰ ਉਹਨਾਂ ਨੇ ਝੱਟ ਹੀ ਐਕਸੈਪਟ ਕਰ ਲਿਆ ਕਿ ਵੀ ਹਾਂ ਇੱਦੋਂ ਅੱਛਾ ਨਹੀਂ ਹੋ ਸਕਦਾ। ਅਤੇ ਕੁਦਰਤੀ ਉਹ ਗਾਣਾ ਜਿੱਦਣ ਰਿਕਾਰਡਿੰਗ ਕੀਤੀ ਉਸੇ ਦਿਨ ਹੀ ਇੱਦਾਂ ਲੱਗ ਰਿਹਾ ਸੀਗਾ ਕਿ ਵੀ ਇਹ ਗਾਣਾ ਚੱਲੂਗਾ। ਬਿਲਕੁਲ। ਪਰ ਮਾਲਕ ਦੀ ਐਸੀ ਮਿਹਰਬਾਨੀ ਹੋਈ ਕਿ ਵੀ ਚੱਲਿਆ ਵੀ ਬਹੁਤ। ਬਿਲਕੁਲ, ਬਹੁਤ ਚੱਲਿਆ ਉਹ ਗੀਤ। ਉਸ ਗੀਤ ਨੇ ਮਤਲਬ ਮੈਨੂੰ ਫੋਰਨ ਟੂਰ, ਮੈਨੂੰ ਸਭ ਕੁਛ ਦਿੱਤਾ ਉਹਨੇ, ਬਹੁਤ ਕੁਛ ਦਿੱਤਾ ਉਸ ਗੀਤ ਨੇ। ਫਿਰ ਅਸੀਂ ਵੀ ਉਹ ਗੀਤ ਸੁਣਨਾ ਜ਼ਰੂਰ ਚਾਹਾਂਗੇ ਤੁਹਾਡੇ ਕੋਲੋਂ। ਹਾਂ ਬਿਲਕੁਲ ਜੀ, ਬਿਲਕੁਲ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ, ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ, ਮੁੱਕੇ ਨਾ ਸਾਡੀ ਗੱਲਬਾਤ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਕੀ ਬਾਤ ਹੈ! ਮਤਲਬ ਫਿਰ ਉਹੀ ਜਿਹੜਾ ਜਦੋਂ ਫਿਲਮ ਦੇ ਵਿੱਚ ਅਸੀਂ ਗੀਤ ਸੁਣਦੇ ਹਾਂ ਅਤੇ ਉਹ ਦ੍ਰਿਸ਼ ਅੱਗੇ ਆ ਜਾਂਦਾ ਅੱਖਾਂ ਦੇ, ਤਾਂ ਇਹੀ ਮਨ ਕਰਦਾ ਵੀ ਇਹ ਗੀਤ ਸੁਣਦੇ ਜਾਈਏ, ਸੁਣਦੇ ਜਾਈਏ। ਬਹੁਤ ਅੱਛਾ। ਉਹ ਮੰਨਤ ਮੂਵੀ ਦਾ ਇਹ ਗੀਤ ਹੈ, ਕੁਲਰਾਜ ਰੰਧਾਵਾ ਜੀ ਔਰ ਜਿਮੀ ਸ਼ੇਰਗਿੱਲ ਜੀ 'ਤੇ ਫਰਮਾਇਆ ਹੋਇਆ ਸੀਗਾ ਇਹ ਗੀਤ। ਬਿਲਕੁਲ। ਅਤੇ ਇਸ ਤੋਂ ਇਲਾਵਾ ਇੱਕ ਹੋਰ ਬੜਾ ਪਿਆਰਾ ਗੀਤ ਸੀਗਾ, ਉਮਰਾਂ ਦੀ ਸਾਂਝ ਹੋਵੇ, ਜੋ ਮੈਂ ਅਲਕਾ ਯਾਗਨਿਕ ਜੀ ਨਾਲ ਗਾਇਆ ਸੀਗਾ ਜੀ। ਇਸ ਗਾਣੇ ਦੇ ਵਿੱਚ ਇੱਕ ਐਂਡ ਦੇ ਵਿੱਚ ਗਾਇਆ ਸੀ ਰਾਣੀ ਰਣਦੀਪ ਨੇ, ਇੱਕ ਅੰਤਰਾ, ਹੈ ਨਾ। ਬਿਲਕੁਲ। ਉਹ ਵੀ ਬਹੁਤ ਪਿਆਰਾ ਗਾਇਆ ਸੀ ਉਹਨਾਂ ਨੇ, ਬਹੁਤ ਅੱਛੀ ਆਰਟਿਸਟ ਹੈਗੀ ਰਾਣੀ ਰਣਦੀਪ ਜੀ। ਮਤਲਬ ਇੰਨੇ ਸਾਰੇ ਗੀਤ ਤੁਸੀਂ ਇੰਡਸਟਰੀ ਨੂੰ ਦਿੱਤੇ ਨੇ, ਪਿਆਰ ਵੀ ਬਹੁਤ ਮਿਲਿਆ ਹੈ ਤੁਹਾਨੂੰ। ਕੀ ਜਦੋਂ ਤੁਸੀਂ ਕੋਈ ਗੀਤ ਗਾਉਣ ਜਾਂਦੇ ਹੋ, ਹੈ ਨਾ, ਹਰ ਕੋਈ ਸੋਚਦਾ, ਹਰ ਆਰਟਿਸਟ ਸੋਚਦਾ ਕਿ ਅਸੀਂ ਉਸ ਲੈਵਲ ਨਾਲ ਮਿਹਨਤ ਕਰਦੇ ਹਾਂ, ਅਸੀਂ ਇਹ ਸੋਚ ਕੇ ਜਾਣਾ ਕਿ ਸਾਡਾ ਗੀਤ ਚੱਲੇ, ਹੈ ਨਾ ਜੀ। ਕੋਈ ਅਜਿਹਾ ਗੀਤ ਜਿਹੜਾ ਤੁਸੀਂ ਸੋਚਿਆ ਹੋਏ ਕਿ ਗਾਉਣ ਤੋਂ ਪਹਿਲਾਂ ਵੀ ਇਹ ਗੀਤ ਮੇਰਾ ਚੱਲੇਗਾ, ਲੋਕਾਂ ਨੂੰ ਬਹੁਤ ਪਸੰਦ ਆਏਗਾ, ਅਤੇ ਉਹ ਨਾ ਚੱਲਿਆ ਹੋਏ? ਪਾਗਲ ਗੀਤ ਨਹੀਂ ਚੱਲ ਰਿਹਾ, ਉਹ ਤਾਂ ਚੱਲ ਰਿਹਾ ਨਾ, ਉਹਨੂੰ ਪਿਆਰ ਮਿਲ ਰਿਹਾ, ਉਹਨੂੰ ਪਿਆਰ ਮਿਲ ਰਿਹਾ, ਇੱਦਾਂ ਦੀ ਗੱਲ ਨਹੀਂ ਹੈਗੀ। ਅੱਜ ਹੋਰ ਚੈਨਲਸ ਦੇ ਉੱਤੇ ਉਹਨਾਂ ਨੂੰ ਕੀਤਾ ਜਾ ਰਿਹਾ ਹੈਗਾ ਸਾਰੇ ਕਿਤੇ, ਅਤੇ ਮਿਊਜ਼ਿਕ ਵੇਵਸ ਦਾ ਮੈਂ ਥੈਂਕਸ ਕਰਦਾ ਕਿ ਉਹਨਾਂ ਨੇ ਇੰਨੇ ਅੱਛੇ ਗਾਣੇ ਲਈ ਮੈਨੂੰ ਯੈਸ ਕੀਤੀ, ਕਿਉਂਕਿ ਕੰਪਨੀ ਦਾ ਖਰਚਾ ਹੁੰਦਾ ਜੀ। ਬਿਲਕੁਲ। ਹਰ ਇੱਕ ਕੰਪਨੀ ਦਾ, ਕੋਈ ਵੀ ਪ੍ਰੋਡਿਊਸਰ ਹੈ, ਜਿੰਨੀ ਦੇਰ ਪ੍ਰੋਡਿਊਸਰ ਹੈ ਉਨੀ ਦੇਰ ਆਰਟਿਸਟ ਨੇ। ਸੋ ਆਰਟਿਸਟ ਨੂੰ ਪ੍ਰੋਡਿਊਸਰ ਨੂੰ ਈਜ਼ੀ ਨਹੀਂ ਲੈਣਾ ਚਾਹੀਦਾ। ਬਿਲਕੁਲ। ਹਮੇਸ਼ਾ ਉਹਨਾਂ ਦੀ ਕਦਰ ਕਰਨੀ ਚਾਹੀਦੀ ਕਿ ਪ੍ਰੋਡਿਊਸਰਸ ਦੀ,
ਪ੍ਰੋਡਿਊਸਰ ਪੈਸਾ ਖਰਚਦਾ ਤੁਹਾਡੇ ਤੇ ਤੇ ਫਿਰ ਜਾ ਕੇ ਤੁਸੀਂ ਕਲਾਕਾਰ ਬਣਦੇ। ਬਿਲਕੁਲ ਬਿਲਕੁਲ। ਸੋ ਮੈਨੂੰ ਤਾਂ ਬੜਾ ਪ੍ਰਾਊਡ ਹੈ ਸਾਰੇ ਜਿਨ੍ਹਾਂ ਨੇ ਵੀ ਮੇਰਾ ਸਾਥ ਦਿੱਤਾ। ਮੈਂ ਸਭ ਦਾ ਥੈਂਕਸ ਕਰਦਾ, ਪ੍ਰੋਡਿਊਸਰਸ ਦਾ, ਮਿਊਜ਼ਿਕ ਡਾਇਰੈਕਟਰ ਦਾ, ਜਿਨ੍ਹਾਂ ਨੇ ਅੱਛੇ ਅੱਛੇ ਗਾਣੇ ਮੈਨੂੰ ਲੱਭ ਲੱਭ ਕੇ ਦਿੱਤੇ, ਅਤੇ ਉਹਨਾਂ ਰਾਈਟਰਸ ਦਾ ਜਿਨ੍ਹਾਂ ਨੇ ਬਹੁਤ ਅੱਛੇ ਅੱਛੇ ਗੀਤ, ਜਿੱਦਾਂ ਕਿ ਹਰਜਿੰਦਰ ਬਲ ਭਾਅ ਜੀ, ਇੱਕ ਗਾਣਾ ਬੜਾ ਸੁਪਰ ਹਿੱਟ ਹੋਇਆ ਮੇਰਾ, ਅੱਜ ਸੱਜਣਾ ਵੀ ਮਿਲਿਆ ਨੂੰ ਹੋ ਗਿਆ ਜ਼ਮਾਨਾ, ਹੈ ਨਾ। ਅਤੇ ਇਸ ਤੋਂ ਇਲਾਵਾ ਬਹੁਤ ਸਾਰੇ ਗੀਤ ਨੇ। ਇੱਕ ਗਾਣਾ ਮੇਰਾ ਮਤਲਬ 22-23 ਸਾਲ ਤੋਂ ਚੱਲਦਾ ਆ ਰਿਹਾ ਹੈਗਾ, ਮੇਲੇ ਵਿੱਚ ਪੈਣ ਬੋਲੀਆਂ ਢੋਲ ਵੱਜ ਕੇ ਬਦਲੀਏ ਨਾਲ, ਜੀ ਰਾਜ ਸੰਧੂ ਦਾ ਗੀਤ ਹੈਗਾ ਉਹ। ਬਹੁਤ ਪਿਆਰੇ ਪਿਆਰੇ ਗੀਤ ਮੇਰੀ ਜ਼ਿੰਦਗੀ ਦੇ ਵਿੱਚ ਆਏ ਆ, ਔਰ ਮੈਂ ਥੈਂਕਸ ਕਰਦਾ ਉਸ ਗੋਡ ਦਾ ਵੀ, ਧੰਨਵਾਦ ਕਰਦਾ ਰੱਬ ਦਾ ਵੀ, ਸ਼ੁਕਰ ਅਦਾ ਕਰਦਾ, ਔਰ ਸੁਣਨ ਵਾਲਿਆਂ ਦਾ ਵੀ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ। ਜੀ ਬਿਲਕੁਲ, ਔਰ ਹਮੇਸ਼ਾ ਤੁਹਾਨੂੰ ਇੰਨਾ ਹੀ ਪਿਆਰ ਮਿਲ ਰਿਹਾ ਜਿੰਨਾ ਦਰਸ਼ਕ ਅੱਜ ਪਿਆਰ ਕਰ, ਚਾਹੇ ਉਹ ਅੱਜ ਕੱਲ੍ਹ ਦੀ ਪੀੜ੍ਹੀ ਹੈ ਉਹ ਵੀ ਉਨਾ ਹੀ ਪਿਆਰ ਨਾਲ ਤੁਹਾਨੂੰ ਸੁਣ ਰਹੀ ਹੈ। ਬਿਲਕੁਲ ਜੀ ਬਿਲਕੁਲ, ਤੀਸਰੀ ਪੀੜ੍ਹੀ ਹੋ ਚੱਲੀ, ਬਿਲਕੁਲ ਕਹਿ ਸਕਦੇ ਤੁਸੀਂ, ਉਹ ਵੀ ਉਨਾ ਹੀ ਪਿਆਰ ਤੁਹਾਨੂੰ ਦੇ ਰਹੀ ਹੈ। ਹਾਂ, ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ। ਇਸ ਗੀਤ ਨਾਲ ਬੜੇ ਲੋਕ ਮੇਰੇ ਨਾਲ ਜੁੜੇ ਆ, ਮਤਲਬ ਭੈਣ ਭਰਾ, ਮਾਂ ਬਾਪ, ਇਹ ਤਾਂ ਚਾਰ ਰਿਸ਼ਤਿਆਂ ਦਾ ਇਹ ਗੀਤ ਸੀਗਾ, ਪਰਿਵਾਰ ਦਾ ਗੀਤ। ਬਿਲਕੁਲ ਬਿਲਕੁਲ। ਅਤੇ ਇਹਦੇ ਨਾਲ ਵੀ ਬਹੁਤ ਲੋਕਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ, ਪਿਆਰ ਦਿੱਤਾ। ਅਤੇ ਪਾਗਲ ਗੀਤ ਜਦੋਂ ਮੈਂ ਸਿਲੈਕਟ ਕੀਤਾ ਨਾ, ਮੈਂ ਕੈਲਗਰੀ 'ਚ ਸੀਗਾ ਆਪਣੇ ਕੈਨੇਡਾ, ਉਸ ਵੇਲੇ ਇੱਕ ਮੇਰਾ ਛੋਟਾ ਭਰਾ ਹੀ ਸਮਝ ਲਓ, ਉਹਨੂੰ ਮਨੀ ਆ ਉਹਦਾ ਮੁੰਡੇ ਦਾ ਨਾਂ, ਉਹਨੇ ਮੈਨੂੰ ਇਹ ਗਾਣਾ ਸੁਣਾਇਆ ਕਿ ਭਾਅ ਜੀ ਆਹ ਸ਼ਾਹ ਅਲੀ ਦਾ ਲਿਖਿਆ ਗੀਤ ਮੇਰੇ ਕੋਲ ਡੰਮੀ ਪਿਆ ਹੈਗਾ। ਅਤੇ ਮੈਂ ਕਿਹਾ ਯਾਰ ਸੁਣਾ। ਉਹਨੇ ਜਦੋਂ ਸੁਣਾਇਆ ਤਾਂ ਮੇਰੀਆਂ ਅੱਖਾਂ 'ਚੋਂ ਹੰਝੂ ਆ ਗਏ, ਮੈਂ ਕਿਹਾ ਯਾਰ ਕੈਸਾ ਲਿਖਿਆ ਹੋਇਆ। ਬਿਲਕੁਲ। ਉਹਦਾ ਇੱਕ ਅੰਤਰਾ ਹੈਗਾ, ਮੈਂ ਜਾਣਾ ਨਹੀਂ ਉਹਨਾਂ ਦੀ ਬਸਤੀ, ਉਹ ਝੂਠੇ ਮਲਾਨੇ ਡਬੋਈ ਏ ਕਸ਼ਤੀ, ਬੇਸ਼ਾਇਲੀ ਘਰ ਤੇਰੇ ਸੋਗ ਨਹੀਂ ਮੁੱਕਿਆ, ਉਹ ਤਾਂ ਮਨਾਰੇ ਨੇ ਗਹਿਰਾ ਨਮਸਤੀ, ਉਹ ਸ਼ਾਤਿਰ ਜੇ ਚਿਹਰੇ ਨੂੰ ਸਮਝ ਨਾ ਪਾਇਆ, ਤਾਂ ਮੈਂ ਪਾਗਲ ਹਾਂ, ਹਾਂ ਮੈਂ ਪਾਗਲ ਹਾਂ, ਪਾਗਲ ਹਾਂ, ਪਾਗਲ ਹਾਂ, ਤਾਂ ਮੈਂ ਪਾਗਲ ਹਾਂ। ਬਹੁਤ ਖੂਬ ਲਿਖਦੇ ਨੇ ਉਹ, ਕਮਾਲ ਲਿਖਿਆ। ਬਿਲਕੁਲ। ਅੱਲਾ ਬਣੀ ਮੇਰੇ ਜ਼ਖਮਾਂ ਦੀ ਦਾਰੂ, ਜਿਉਂਦਾ ਨਹੀਂ ਛੱਡਣਾ ਇਸ਼ਕ ਮੈਨੂੰ ਮਾਰੂ, ਹੈ ਨਾ। ਮੇਰੀ ਮੁਹੱਬਤ ਦਾ ਮੁੱਲ ਨਹੀਂ ਸੀ ਕੋਈ, ਲੱਗਿਆ ਪਤਾ ਉਹ ਤਾਂ ਨਿਕਲੇ ਬਾਜ਼ਾਰੂ, ਮੈਂ ਨਾਮ ਵੀ ਨਹੀਂ ਲੈਣਾ ਜਿਹਨੇ ਇਹ ਬਣਾਇਆ, ਮੈਂ ਉਹਦਾ ਨਾਮ ਵੀ ਨਹੀਂ ਲੈਣਾ, ਕਹਿੰਦਾ ਵੀ ਜਿਹਨੇ ਮੈਨੂੰ ਇੱਦਾਂ ਦਾ ਬਣਾ ਦਿੱਤਾ, ਹੈ ਨਾ। ਸੋ ਬੜਾ ਅੱਛਾ ਜਾ ਰਿਹਾ ਹੈਗਾ, ਔਰ ਦਰਸ਼ਕਾਂ ਦਾ, ਸਰੋਤਿਆਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਹੈ ਕਿ ਇੰਨਾ ਪਿਆਰ ਇਸ ਗੀਤ ਨੂੰ ਮਿਲ ਰਿਹਾ। ਅਤੇ ਬਾਕੀ ਮੈਂ ਜ਼ਰੂਰ ਕਹੂੰਗਾ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਸੁਣਿਆ, ਉਹ ਜ਼ਰੂਰ ਇਸ ਗੀਤ ਨੂੰ ਸੁਣਨ। ਬਿਲਕੁਲ। ਅਤੇ ਸ਼ੇਅਰ ਵੀ ਕਰਨ, ਅਗਰ ਚੰਗਾ ਲੱਗੇ ਤਾਂ ਕਮੈਂਟ ਕਰਕੇ ਵੀ ਦੱਸਣ ਮੈਨੂੰ ਕਿੱਦਾਂ। ਬਿਲਕੁਲ ਬਿਲਕੁਲ, ਇਹ ਜ਼ਰੂਰੀ ਹੈ। ਹਾਂ, ਇਹ ਜ਼ਰੂਰੀ, ਅੱਜ ਕੱਲ੍ਹ ਦਾ ਜੋ ਸੋਸ਼ਲ ਮੀਡੀਆ ਦਾ ਟ੍ਰੈਂਡ ਚੱਲ ਰਿਹਾ ਨਾ, ਉਹਦੇ ਅਕੋਰਡਿੰਗ। ਇੱਕ ਆਰਟਿਸਟ, ਅਕਸਰ ਇਹ ਗੱਲ ਅਸੀਂ ਸੁਣਦੇ ਹੁੰਦੇ ਹਾਂ ਵੀ ਇੱਕ ਆਰਟਿਸਟ ਸਿਰਫ ਇੱਕ ਤਾਰੀਫ ਦਾ ਭੁੱਖਾ ਹੁੰਦਾ। ਬਿਲਕੁਲ ਬਿਲਕੁਲ ਜੀ, ਦੇਖੋ ਕੋਈ ਵੀ, ਈਵਨ ਪਰਮਾਤਮਾ ਵੀ ਤਾਰੀਫ ਦਾ ਭੁੱਖਾ। ਬਿਲਕੁਲ। ਅਤੇ ਅਸੀਂ ਪਰਮਾਤਮਾ ਦਾ ਅੰਸ਼ ਹੈਗੇ ਹਾਂ, ਆਤਮਾ ਪਰਮਾਤਮਾ, ਹੈ ਨਾ, ਉਹ ਕਿਤੇ ਨਾ ਕਿਸੇ ਤਰੀਕੇ ਸਾਡੇ ਅੰਦਰ ਬੈਠਾ ਹੋਇਆ ਹੈਗਾ, ਉਹਦਾ ਅੰਸ਼ ਸਾਡੇ ਵਿੱਚ ਹੈਗਾ। ਸੋ ਜੇ ਅਸੀਂ ਜਦੋਂ ਉਹਨੂੰ ਕਹਿੰਦੇ ਹਾਂ ਕਿ ਇਹ ਸੋਹਣੇ ਰੱਬ ਮੇਰਾ ਮੇਰੇ 'ਤੇ ਰਹਿਮ ਕਰ, ਮੇਰੇ 'ਤੇ ਮੈਂ ਇੱਦਾਂ ਰਵਾਂ, ਮੈਂ ਇੱਦਾਂ ਹੋਵੇ ਮੇਰੇ 'ਤੇ, ਹੈ ਨਾ, ਜੋ ਵੀ ਅਸੀਂ ਡਿਮਾਂਡ ਕਰਦੇ ਹਾਂ,
ਤੇ ਉਹ ਕਿਤੇ ਨਾ ਕਿਤੇ ਸੁਣਦਾ ਸਾਡੀ ਜ਼ਰੂਰ। ਬਿਲਕੁਲ। ਸੋ ਆਰਟਿਸਟ ਨੂੰ ਮੈਂ ਕਹਿੰਦਾ ਝੂਠੀ ਤਾਰੀਫ ਨਾ ਕਰੋ, ਇਹ ਜ਼ਰੂਰੀ ਹੈ, ਹਨਾ, ਸੱਚਾ ਰਿਵਿਊ ਦੇਣਾ ਜ਼ਰੂਰੀ ਹੈ, ਸੱਚਾ ਰਿਵਿਊ ਜ਼ਰੂਰ ਦਿਓ, ਜਿਹਦਾ ਜਿਹੜਾ ਉਹ ਹੱਕਦਾਰ ਹੈਗਾ ਉਹਨੂੰ ਜ਼ਰੂਰ, ਹੈ ਨਾ। ਕਈ ਵਾਰੀ ਹੁਣ ਕਈ ਅੱਜ ਕੱਲ੍ਹ ਦੀ ਡੇਟ ਦੇ ਵਿੱਚ ਬੜੇ ਸਾਰੇ ਆਰਟਿਸਟ ਨੇ ਜਿਨ੍ਹਾਂ ਨੂੰ ਮੁੰਡਿਆਂ ਨੂੰ ਗਾਉਣਾ ਵੀ ਨਹੀਂ ਆਉਂਦਾ, ਲਿਖਣਾ ਵੀ ਨਹੀਂ ਆਉਂਦਾ, ਉਹਨਾਂ ਨੂੰ ਚੱਕੀ ਫਿਰਦੇ ਨੇ, ਆਟੋ ਟਿਊਨ ਚੱਲ ਪਿਆ ਨਾ ਅੱਜ ਕੱਲ੍ਹ, ਉਹਨਾਂ ਨੂੰ ਚੱਕੀ ਫਿਰਦੇ, ਬਹੁਤ ਸਾਰੇ ਨੇ ਇਹੋ ਜਿਹੇ। ਵੈਸੇ ਤਾਂ ਸਭ ਦਾ ਭਲਾ ਹੋਵੇ, ਇਹ ਵੀ ਰੱਬ ਦੀ ਕੋਈ ਮੌਜ਼ ਹੁੰਦੀ ਹੈ। ਮੈਂ ਇਹ ਵੀ ਕਹਿੰਦਾ ਕਿ ਵੀ ਇਸ ਜਨਮ ਨਹੀਂ ਤਾਂ ਕਿਸੇ ਹੋਰ ਜਨਮ ਦੇ ਵਿੱਚ ਉਹਨਾਂ ਨੇ ਜ਼ਰੂਰ ਕੋਈ ਇੱਦਾਂ ਦਾ ਚੰਗਾ ਕਰਮ ਕੀਤਾ ਹੋਣਾ ਜਿਹੜੀ ਉਹਨਾਂ ਦੀ ਇੰਨੀ ਵੈਲਿਊ, ਇੰਨੀ ਜ਼ਿਆਦਾ ਰੱਬ ਨੇ ਉਹਨਾਂ 'ਤੇ ਰਹਿਮਤ ਕੀਤੀ ਹੋਈ। ਬਿਲਕੁਲ। ਅੱਛਾ, ਤੁਸੀਂ ਜ਼ਿੰਦਗੀ ਦੇ ਵਿੱਚ ਨਾ ਇੱਕ ਮੈਂਟੋਰ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਨਾ ਜ਼ਿੰਦਗੀ ਦੇ ਵਿੱਚ, ਜੇਕਰ ਕਹਿੰਦੇ ਨੇ ਵੀ ਸਫਲ ਹੋਣਾ ਤਾਂ ਆਪਣਾ ਗੁਰੂ ਧਾਰਨਾ ਜ਼ਰੂਰੀ ਹੈ, ਚਾਹੇ ਉਹ ਕਿਸੇ ਵੀ ਖੇਤਰ ਦੇ ਵਿੱਚ ਹੋਏ, ਕੋਈ ਵੀ ਕੰਮ ਹੋਏ, ਹੈ ਨਾ ਜੀ। ਤੁਹਾਡੇ ਗੁਰੂ ਕੌਣ ਨੇ? ਪਹਿਲੀ ਗੁਰੂ ਤਾਂ ਜੀ ਮੇਰੀ ਮਦਰ ਹੀ ਸੀਗੇ। ਕਿਆ ਬਾਤ ਹੈ। ਉਹਨਾਂ ਨੂੰ, ਉਹਨਾਂ ਨੇ ਮੈਨੂੰ ਜ਼ਿੰਦਗੀ 'ਚ ਬੜਾ ਹੀ ਕੁਛ ਸਿਖਾਇਆ। ਮੈਨੂੰ ਆਦਤ ਹੁੰਦੀ ਸੀਗੀ ਬਹੁਤ ਜ਼ਿਆਦਾ ਅਵਾ ਗਾਉਣ ਗਾਉਣ ਦੀ। ਉਹਨਾਂ ਨੇ ਕਹਿਣਾ ਕਿ ਬੇਟਾ ਇਹੋ ਜਿਹਾ ਗਾਓ ਜਿਹੜੇ ਲੋਕਾਂ ਦੇ ਦਿਲ ਨੂੰ ਸਕੂਨ ਦੇਵੇ, ਦਿਲ ਦੇ ਉੱਤੇ ਲੱਗੇ ਜਾ ਕੇ ਗੱਲ ਤੁਹਾਡੀ, ਹੈ ਨਾ। ਇੰਨਾ ਇਹੋ ਜਿਹਾ ਨਾ ਗਾਓ ਜਿਹੜਾ ਕਿਸੇ ਨੂੰ ਡਿਸਟਰਬ ਕਰ ਦੇਵੇ, ਕੋਈ ਅਗਰੈਸ ਹੋ ਜਾਵੇ। ਬਾਕੀ ਜਦੋਂ ਮੇਰੀਆਂ ਇੱਕ ਦੋ ਐਲਬਮਸ ਆਈਆਂ, ਰਿਲੀਜ਼ ਹੋਈਆਂ, ਅਤੇ ਉਦੋਂ ਮੇਰੇ ਮਦਰ ਫਾਦਰ ਨੇ ਮੈਨੂੰ ਕਿਹਾ ਸੀ ਕਿ ਦੁਨੀਆ ਤੈਨੂੰ ਪਿਆਰ ਕਰਨ ਲੱਗ ਗਈ ਪੁੱਤਰ, ਅਤੇ ਤੂੰ ਦੁਨੀਆ ਨਾਲ ਪਿਆਰ ਨਾਲ ਰਹਿਣਾ। ਬਿਲਕੁਲ। ਕਿਤੇ ਸਟੇਜ ਦੇ ਉੱਤੇ, ਕਿਤੇ ਇੱਧਰ ਉੱਧਰ, ਕਿਤੇ ਅਗਰੈਸ ਹੋ ਕੇ ਨਹੀਂ, ਗੁੱਸੇ 'ਚ ਨਹੀਂ ਕਿਸੇ ਨੂੰ ਬੋਲਣਾ ਹੈਗਾ, ਤਾਂ ਕਿ ਕੋਈ ਇਹੋ ਜਿਹਾ ਮਾਹੌਲ ਹੋ ਜਾਵੇ ਕਿ ਤੈਨੂੰ ਲੋਕ ਪਿਆਰ ਕਰਨ ਨੂੰ ਖੜ ਜਾਣ। ਬਿਲਕੁਲ। ਹੈ ਨਾ, ਇਹ ਸੀਖ। ਔਰ ਇਸ ਤੋਂ ਇਲਾਵਾ ਮੇਰੇ ਮਦਰ ਇੱਕ ਮਿਊਜ਼ੀਕਲ ਘਰਾਣੇ ਦੇ ਨਾਲ ਅਟੈਚ ਸੀਗੇ, ਉਹ ਕਵਾਲ ਗਾਇਕ ਸੀਗੇ ਸਾਰੇ, ਅਤੇ ਉਹਨਾਂ ਨੂੰ ਗਾਉਣਾ ਵੀ ਆਉਂਦਾ ਸੀਗਾ, ਉਹਨਾਂ ਨੂੰ ਸਿਖਾਉਣਾ ਵੀ ਆਉਂਦਾ ਸੀਗਾ, ਮੈਨੂੰ ਸਿਖਾਇਆ ਉਹਨਾਂ ਨੇ, ਰਿਆਜ਼ ਕਰਨਾ ਸਿਖਾਇਆ। ਫਿਰ ਉਸ ਤੋਂ ਬਾਅਦ ਮੇਰੇ ਬ੍ਰਦਰ ਨੇ, ਮੇਰੇ ਪਰਿਵਾਰ ਨੇ ਮੈਨੂੰ ਕਹਿ ਕੇ ਮੇਰੀ ਗੁਰੂ ਧਾਰਨਾ ਕਰਾਈ, ਗੁਰੂ ਜੀ ਸ਼ੌਕਤ ਅਲੀ ਮਤੋਈ ਸਾਹਿਬ ਨਾਲ, ਅਤੇ ਅੱਜ ਕੱਲ੍ਹ ਉਹ ਦੁਨੀਆਂ 'ਚ ਨਹੀਂ ਹੈਗੇ, ਮਦਰ ਫਾਦਰ ਵੀ ਨਹੀਂ ਹੈਗੇ, ਬਟ ਉਹਨਾਂ ਦੀਆਂ ਸਿਕਸ਼ਾਵਾਂ, ਉਹਨਾਂ ਦਾ ਰਿਆਜ਼ ਕਰਵਾਇਆ ਹੋਇਆ ਮੇਰੇ ਹਾਲੇ ਤੱਕ ਕੰਮ ਆ ਰਿਹਾ। ਬਿਲਕੁਲ, ਕੰਮ ਆ ਰਿਹਾ। ਤੁਸੀਂ ਮਾਵਾਂ ਨੂੰ ਲੈ ਕੇ ਵੀ ਬਹੁਤ ਸਾਰੇ ਗੀਤ ਇਸ ਇੰਡਸਟਰੀ ਦੇ ਝੋਲੀ ਪਾਏ ਨੇ, ਹੈ ਨਾ, ਚਾਹੇ ਉਹ ਤੀਆਂ। ਇੱਕੋ ਹੀ ਗੀਤ ਗਾਇਆ ਸੀ ਮੈਂ, ਰੱਬ ਤੋਂ ਪਹਿਲਾਂ ਮਾਵਾਂ ਚੇਤੇ ਹੁੰਦੀਆਂ ਨੇ। ਹਾਂ, ਪਰ ਕਿਤੇ ਨਾ ਕਿਤੇ ਤੁਹਾਡੇ ਗੀਤਾਂ ਦੇ ਵਿੱਚ ਜ਼ਿਕਰ ਹੁੰਦਾ ਹੈ। ਮੈਂ ਉੱਦਾਂ ਵੀ ਜ਼ਿਕਰ ਕਰਦਾ, ਮੈਂ ਸਟੇਜ ਦੇ ਉੱਤੇ ਵੀ ਜ਼ਿਕਰ ਕਰਦਾ ਕਿ ਮਾਂ ਬਾਪ ਇੱਕ ਐਸਾ ਤੀਰਥ ਹੈ ਕਿ ਜੇ ਤੁਸੀਂ ਉਸੇ ਤੀਰਥ ਨੂੰ ਪੂਜ ਲਵੋ ਨਾ ਤਾਂ ਤੁਹਾਨੂੰ ਕਿਸੇ ਹੋਰ ਤੀਰਥ 'ਤੇ ਜਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਅੱਜ ਕੱਲ੍ਹ ਜਿਹੜਾ ਯੁੱਗ ਹੈ ਨਾ, ਇਹ ਨਵੀਂ ਪਨੀਰੀ ਦਾ ਜਿਹੜਾ ਯੁੱਗ ਹੋ ਗਿਆ, ਯੰਗਸਟਰ ਹੋ ਗਏ, ਜਨਰੇਸ਼ਨ ਜਿਹੜੀ ਸਾਡੀ ਅਗਲੀ ਆ ਰਹੀ ਹੈ, ਇਹ ਸਿਰਫ ਅਤੇ ਸਿਰਫ ਫੋਨ ਦੇ ਵਿੱਚ ਹੀ ਬਣ ਕੇ ਰਹਿ ਗਈ ਹੈ। ਫੋਨ ਹੋ ਗਿਆ, ਟੀ ਵੀ ਹੋ ਗਿਆ, ਕੰਪਿਊਟਰ ਹੋ ਗਿਆ, ਲੈਪਟਾਪ ਹੋ ਗਿਆ, ਇਸ ਤੋਂ ਇਲਾਵਾ ਉਹਨਾਂ ਨੂੰ ਹੋਰ ਕੁਛ ਦਿਖਾਈ ਨਹੀਂ ਦਿੰਦਾ, ਅਤੇ ਹੁਣ ਉਹਨਾਂ ਨੂੰ ਇਹ ਸੰਸਕਾਰ ਦੇਣੇ ਬੜੇ ਜ਼ਰੂਰੀ ਨੇਗੇ ਕਿ ਮਾਂ ਬਾਪ ਵੀ ਕੋਈ ਬਲਾ ਹੁੰਦੇ ਆ, ਕੋਈ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਪਲੋਸਿਆ ਵੱਡੇ ਕੀਤਾ। ਇੱਕ ਮਦਰ ਦੀ ਨਾ ਬੜੀ ਵੱਡੀ ਤਪੱਸਿਆ ਹੁੰਦੀ ਹੈ ਜੀ, ਬੱਚਿਆਂ ਨੂੰ ਪੜ੍ਹਾਉਣਾ, ਫਾਦਰ ਦੀ ਅਤੇ ਮਦਰ ਦੀ ਜੀ। ਮੇਰੇ ਆਪਣੇ ਘਰ 'ਚ ਹੈ, ਮੇਰਾ ਬੇਟਾ ਪੜ੍ਹਦਾ ਹੈ, ਅਤੇ ਉਹਦੀ ਮੰਮੀ ਸਵੇਰੇ 5 ਵਜੇ ਉੱਠ ਜਾਂਦੀ ਹੈ, ਉੱਠ ਕੇ ਖਾਣਾ ਬਣਾਉਂਦੀ ਹੈ,
ਉਹਦਾ ਬੈਗ ਪੈਕ ਕਰਦੀ ਹੈ, ਉਹਨੂੰ ਨਮਾ ਧਲਾ ਕੇ ਉਹਦੇ ਕੱਪੜੇ ਪਾ ਕੇ ਪਾਊਡਰ ਪਾ ਕੇ ਵਾਲ ਵਾਹ ਕੇ ਉਹਨੂੰ ਭੇਜਦੀ ਹੈ ਸਕੂਲ। ਫਿਰ ਉਹਨੂੰ ਪੁੱਛਦੀ ਹੈ ਜਾਣ ਲੱਗੇ ਨੂੰ ਕਿ ਆ ਕੇ ਕੀ ਖਾਏਗਾ, ਫਿਰ ਉਹ ਦੱਸ ਕੇ ਜਾਂਦਾ ਆਪਣਾ ਮੈਨਿਊ ਕਿ ਵੀ ਮੈਂ ਆਹ ਖਾਊਂਗਾ, ਫਿਰ ਉਹਦੇ ਆਉਂਦੇ ਨੂੰ ਫਿਰ ਬਣਾ ਕੇ ਰੱਖਣਾ, ਫਿਰ ਉਹਦਾ ਟਿਫਨ ਪੈਕ ਕਰਕੇ ਉਹਦੇ ਨਾਲ ਭੇਜਣਾ। ਜੇ ਉਹ ਬੱਚਾ 17 ਸਾਲ ਪੜ੍ਹਦਾ ਹੈ ਜਾਂ 18 ਸਾਲ ਪੜ੍ਹਦਾ ਹੈਗਾ ਤਾਂ ਉਹਦੇ ਨਾਲ 18 ਸਾਲ ਇੱਕ ਮਦਰ ਔਰ ਫਾਦਰ ਤਪੱਸਿਆ ਕਰਦੇ ਨੇ। ਬਿਲਕੁਲ। ਤੇ ਫਿਰ ਉੱਠ ਕੇ ਔਲਾਦ ਜਦੋਂ ਕਹਿ ਦਿੰਦੀ ਹੈ ਕਿ ਤੁਸੀਂ ਸਾਡੇ ਲਈ ਕੀ ਕੀਤਾ, ਹੈਨਾ, ਬਿਲਕੁਲ, ਮਤਲਬ ਚੁੱਭਦੀ ਤਾਂ ਹੈਗੀ ਹੈ ਦਿਲ ਨੂੰ ਗੱਲ। ਸੋ ਮੇਰੇ ਖਿਆਲ ਦੇ ਵਿੱਚ ਬੱਚਿਆਂ ਨੂੰ ਮਦਰ ਫਾਦਰ ਦਾ ਬਹੁਤ ਖਿਆਲ ਰੱਖਣਾ ਚਾਹੀਦਾ। ਜੀ, ਵੈਸੇ ਤਾਂ ਜਿਹੜਾ ਵੀ ਰਿਸ਼ਤਾ ਤੁਹਾਡਾ ਤੁਹਾਡੀ ਤੁਹਾਡੇ ਕਿਤੇ ਕੰਮ ਆਉਂਦਾ ਹੈਗਾ, ਚਾਹੇ ਤੁਹਾਡਾ ਉਹ ਦੋਸਤ ਹੋਵੇ, ਚਾਹੇ ਤੁਹਾਡਾ ਉਹ ਭਰਾ ਹੋਵੇ, ਚਾਹੇ ਉਹ ਤੁਹਾਡਾ ਚਾਚਾ ਮਾਮਾ ਤਾਇਆ ਜੋ ਵੀ ਹੈਗਾ, ਜਿਹੜਾ ਤੁਹਾਡੇ ਕੰਮ ਆਉਂਦਾ ਹੈ ਉਹਦੀ ਕਦਰ ਕਰਨੀ ਬੜੀ ਜ਼ਰੂਰੀ ਹੈ। ਅਹਿਸਾਨ ਫਰਾਮੋਸ਼ ਕਦੇ ਨਾ ਹੋ। ਬਿਲਕੁਲ। ਅੱਛਾ, ਇਹ ਵੀ ਪਤਾ ਲੱਗਾ ਕਿ ਤੁਹਾਨੂੰ ਕੁਕਿੰਗ ਦਾ ਬਹੁਤ ਸ਼ੌਂਕ ਹੈ। ਹਾਂਜੀ, ਹੈਗਾ। ਕੀ ਕੀ ਬਣਾ ਲੈਂਦੇ? ਮੈਂ ਬਣਾ ਲੈਂਦਾ, ਕਾਫੀ ਕੁਛ ਬਣਾ ਲੈਂਦਾ ਜੋ ਵੀ ਮੈਂ ਜਾਣਦਾ, ਰੋਟੀ ਸਬਜ਼ੀ ਸਭ ਕੁਛ ਮੈਂ ਬਣਾ ਲੈਂਦਾ। ਅੱਛਾ, ਤੁਹਾਡਾ ਆਪਣਾ ਫੇਵਰੇਟ ਹੀ ਕੀ ਹੈ? ਜ਼ਿਆਦਾ ਤਾਂ ਕੁਛ ਨਹੀਂ, ਜਿੱਦਾਂ ਕੁਛ ਵੀ ਬਣਾ ਕੇ ਖਾ ਲਓ, ਮਤਲਬ ਇੱਦਾਂ ਦੀ ਗੱਲ ਨਹੀਂ ਹੈਗੀ, ਮੈਨੂੰ ਸਭ ਕੁਛ ਆਉਂਦਾ ਬਣਾਉਣਾ, ਅਤੇ ਦਾਲਾਂ ਸਬਜ਼ੀਆਂ ਹੀ ਆਉਂਦੀਆਂ ਉਹਦੇ ਵਿੱਚ। ਅੱਛਾ, ਫਿਰ ਮੈਂ ਥੋੜ੍ਹੇ ਜਿਹੇ ਸਵਾਲ ਤੁਹਾਨੂੰ ਪੁੱਛਣੇ ਨੇ ਰੈਪਿਡ ਫਾਇਰ, ਤੁਸੀਂ ਉਹਨਾਂ ਦਾ ਗਲਤ ਜਵਾਬ ਦੇਣਾ, ਕੁਕਿੰਗ ਦੇ ਰਿਲੇਟਡ ਹੋਣਗੇ, ਤੁਸੀਂ ਸਹੀ ਜਵਾਬ ਨਹੀਂ ਦੇਣਾ ਉਹਦਾ। ਅੱਛਾ, ਠੀਕ ਹੈ। ਨਹੀਂ, ਮਤਲਬ ਮੈਂ ਇੱਦਾਂ ਹੁਣ ਕਹੂੰਗਾ ਜੇ ਤੁਸੀਂ ਕਹੋ ਵੀ ਸਬਜ਼ੀ ਬਣਾਉਣੀ ਹੈ ਤਾਂ ਉਹਦੇ ਵਿੱਚ ਕੀ ਪੈਂਦਾ ਹੈ? ਕੁਛ ਵੀ ਹੋ ਸਕਦਾ। ਨਹੀਂ ਨਹੀਂ ਨਹੀਂ, ਮੈਂ ਤਾਂ ਉਹੀ ਕਹੂੰਗਾ ਨਾ ਜੋ। ਨਹੀਂ, ਫਿਰ ਤੁਸੀਂ ਪੁੱਠਾ ਜਵਾਬ ਦੇਣਾ ਹੁੰਦਾ। ਕਮਾਲ ਹੋ ਗਈ, ਇੱਦਾਂ ਇੱਦਾਂ ਦੀ ਕਿਹੜੀ ਸਬਜ਼ੀ? ਥੋੜ੍ਹਾ ਸੋਚ ਕੇ ਦੱਸਣਾ ਤੁਸੀਂ। ਦੱਸੋ ਦੱਸੋ। ਪਹਿਲਾ ਸਵਾਲ ਮੇਰਾ ਇਹੀ ਹੈ, ਲਾਲ ਮਿਰਚ ਦਾ ਰੰਗ ਕਿਹੜਾ ਹੁੰਦਾ? ਲਾਲ ਹੀ ਹੁੰਦਾ। ਪੁੱਠਾ ਜਵਾਬ ਦੇਣਾ ਤੁਸੀਂ। ਅੱਛਾ, ਦੁਬਾਰਾ ਪੁੱਛਦੀ ਹਾਂ, ਲਾਲ ਮਿਰਚ ਦਾ ਰੰਗ ਕਿਹੜਾ ਹੁੰਦਾ? ਹਰਾ। ਹਰਾ, ਕੀ ਬਾਤ ਹੈ। ਬੈਂਗਣ ਦਾ ਕੀ ਬਣਾਇਆ ਜਾਂਦਾ? ਬੈਂਗਣ ਦਾ ਕੜਾਹ ਬਣਾਇਆ ਜਾਂਦਾ। ਕੀ ਬਾਤ ਹੈ। ਆਲੂ ਦੇ ਨਾਲ ਬੈਸਟ ਕੰਬੀਨੇਸ਼ਨ ਤੁਹਾਨੂੰ ਕੀ ਲੱਗਦਾ ਹੋ ਸਕਦਾ? ਆਲੂਆਂ ਨਾਲ ਸਾਗ ਦਾ ਕੰਬੀਨੇਸ਼ਨ ਬਹੁਤ ਵਧੀਆ। ਜੇ ਖਾਈਏ ਤਾਂ ਕਿਹੋ ਜਿਹਾ ਲੱਗੇਗਾ, ਮਤਲਬ ਇਮੇਜਿਨ ਨਹੀਂ ਕਰ ਸਕਦੇ ਅਸੀਂ। ਹਾਂ, ਬਿਲਕੁਲ। ਚਲੋ, ਸਾਗ ਦਾ ਕਿਹੜਾ ਰੰਗ ਹੁੰਦਾ? ਸਾਗ ਦਾ ਨੀਲਾ। ਕੀ ਬਾਤ ਹੈ। ਅੱਛਾ, ਜੇ ਕੜੀ 'ਚ ਪਕੌੜੇ ਨਾ ਪਾਈਏ ਤਾਂ ਕੀ ਪਏਗਾ ਫਿਰ? ਉਹਦੇ ਵਿੱਚ ਤੁਸੀਂ ਪਾਲਕ ਪਾ ਸਕਦੇ ਹੋ। ਬਹੁਤ ਗੰਦਾ ਕੰਬੀਨੇਸ਼ਨ ਮੈਨੂੰ ਲੱਗਦਾ ਹੋ ਜਾਏਗਾ। ਨਹੀਂ, ਤੁਸੀਂ ਉਲਟਾ ਦੱਸਿਆ ਨਾ ਮੈਨੂੰ, ਕਿ ਉਲਟਾ ਕਰ। ਅੱਛਾ, ਜੇ ਅਸੀਂ ਇਮੇਜਿਨ ਕਰਕੇ ਚੱਲੀਏ ਫਿਰ ਇਹ ਪੋਸੀਬਲ ਹੀ ਨਹੀਂ ਹੈ। ਇਹ ਪੋਸੀਬਲ ਨਹੀਂ ਹੈ। ਮਤਲਬ ਕੜੀ 'ਚ ਅਮਰੂਦ ਪਾ ਲਓ ਤੁਸੀਂ। ਟਰਾਈ, ਦਰਸ਼ਕਾਂ ਨੂੰ ਮੈਂ ਕਹਿਣਾ ਚਾਹੂੰਗੀ ਕਿ ਟਰਾਈ ਕਰਕੇ ਦੇਖੋ ਜਿਹੜੇ ਕੰਬੀਨੇਸ਼ਨ ਤੁਸੀਂ ਦੱਸੇ ਨੇ। ਨਹੀਂ, ਟਰਾਈ ਨਾ ਕਰਨਾ, ਬਿਲਕੁਲ ਗੰਦੇ ਕੰਬੀਨੇਸ਼ਨ ਨੇ। ਜੋ ਅਸਲ 'ਚ ਹੈਗਾ ਉਹ ਕੁਛ ਹੋਰ ਹੈ। ਤੁਸੀਂ ਕਿਹਾ ਸੀਗਾ ਵੀ ਬੈਂਗਣਾਂ ਦਾ ਰੰਗ ਕਿਹੜਾ ਹੁੰਦਾ ਹੈਗਾ? ਨਹੀਂ ਨਹੀਂ, ਬੈਂਗਣ ਦਾ ਕੀ ਬਣਾਇਆ ਜਾਂਦਾ? ਹਾਂਜੀ, ਕੀ ਬਣਾਇਆ ਜਾਂਦਾ? ਉਹਨਾਂ ਦਾ ਪੜਥਾ ਹੀ ਬਣਦਾ ਹੈ ਜਾਂ ਸਬਜ਼ੀ ਬਣ ਸਕਦੀ ਹੈ। ਅਤੇ ਸਾਗ ਕਦੇ ਵੀ ਆਲੂਆਂ ਦੇ ਨਾਲ ਮੈਂ ਕਦੇ ਖਾਧਾ ਨਹੀਂ ਜ਼ਿੰਦਗੀ ਦੇ, ਸਾਗ ਸਾਗ ਹੀ ਹੁੰਦਾ ਹੈਗਾ। ਅੱਛਾ, ਤੁਹਾਨੂੰ ਉਹਦਾ ਗਾਰਡਨਿੰਗ ਦਾ ਵੀ ਬਹੁਤ ਸ਼ੌਂਕ ਹੈ ਨਾ? ਹਾਂਜੀ, ਮੈਂ ਪੌਦੇ ਲਾਉਂਦਾ ਰਹਿੰਦਾ। ਸਬਜ਼ੀਆਂ ਬੀਜੀਆਂ ਕਦੀ ਆਪ? ਹਾਂਜੀ, ਸਬਜ਼ੀਆਂ ਬੀਜੀਆਂ ਕਦੀ? ਸਬਜ਼ੀਆਂ ਵੀ ਬੀਜੀਆਂ ਨੇ ਜੀ। ਕੀ ਬਾਤ। ਮੂਲੀਆਂ ਬੀਜੀਆਂ, ਤੋਰੀਆਂ ਲਾਉਂਦਾ ਮੈਂ, ਘੀਏ ਲਾਉਂਦਾ ਮੈਂ ਆਪਣੇ ਘਰ ਦੇ ਹੁੰਦੇ ਆ। ਸੋ ਉਹ ਉਹਨਾਂ ਦਾ ਟੇਸਟ ਵੀ ਬੜਾ ਵੱਖਰਾ ਹੀ ਹੁੰਦਾ ਹੈ। ਨੈਚੁਰਲ ਟੇਸਟ, ਨੈਚੁਰਲ ਟੇਸਟ ਹੁੰਦਾ ਹੈ। ਇਹ ਸਵਾਲਾਂ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਇੱਕ ਗੁੱਡ ਕੁੱਕ ਹੈਗੇ ਹੋ, ਹੈ ਨਾ? ਹਾਂ, ਥੈਂਕ ਯੂ ਜੀ।
ਥੈਂਕ ਯੂ ਸ਼ਰਮਾ। ਮਤਲਬ ਟਰਾਈ ਨਹੀਂ ਕੀਤਾ ਸੀ ਪਰ ਕਹਿ ਸਕਦੇ ਹਾਂ, ਹੈ ਨਾ। ਹਾਂ ਕੋਈ ਗੱਲ ਨਹੀਂ, ਕਦੇ ਮੌਕਾ ਮਿਲਿਆ ਤਾਂ ਕਦੇ ਕੁਛ ਬਣਾ ਕੇ ਲਿਆਉਂਗਾ ਘਰੇ ਤੁਹਾਡੇ ਲਈ। ਜੀ ਜੀ ਬਿਲਕੁਲ। ਅੱਛਾ ਜਦੋਂ ਗਾਇਕੀ ਦਾ ਸਫ਼ਰ ਤੁਸੀਂ ਸ਼ੁਰੂ ਕੀਤਾ ਸੀਗਾ, ਹੈ ਨਾ, ਪਰਿਵਾਰ ਦੇ ਵੱਲੋਂ ਕਿੰਨਾ ਕੁ ਸਾਥ ਮਿਲਿਆ ਸੀਗਾ? ਪਰਿਵਾਰ ਦੇ ਵਿੱਚ ਜਿੱਦਾਂ ਮੇਰੇ ਫਾਦਰ ਸਾਹਿਬ ਦਾ ਇੱਕ ਐਕਸਪੀਰੀਅੰਸ ਹੀ ਲਾ ਲਓ ਕਿ ਵੀ ਉਹਨਾਂ ਦੀ ਸੋਚ ਹੁੰਦੀ ਸੀ ਕਿ ਜਿਹੜੇ ਆਰਟਿਸਟ ਹੁੰਦੇ ਨੇ ਉਹਨਾਂ ਦੀ ਕੋਈ ਇੰਨੀ ਜ਼ਿਆਦਾ ਵਧੀਆ ਲਾਈਫ ਨਹੀਂ ਹੁੰਦੀ, ਕਿ ਉਹਨਾਂ ਦਾ ਐਂਡ ਬੜਾ ਮਾੜਾ ਹੁੰਦਾ, ਉਹ ਉਹਨਾਂ ਦੀ ਸੋਚ ਹੁੰਦੀ ਸੀਗੀ, ਹੈ ਨਾ। ਬਟ ਹੁਣ ਯੁੱਗ ਇੱਦਾਂ ਦਾ ਹੋ ਗਿਆ ਕਿ ਆਰਟਿਸਟ ਹੋਣਾ ਇੱਕ ਬੜਾ ਵੱਡਾ ਉਹ ਸਮਝਿਆ ਜਾਂਦਾ ਹੈਗਾ। ਬਿਲਕੁਲ, ਜੋਬ ਅੱਛੀ ਹੈ ਮੇਰੇ ਖਿਆਲ ਦੇ ਵਿੱਚ ਆਰਟਿਸਟ ਹੋਣਾ। ਉਹ ਇਸ ਕਰਕੇ ਥੋੜ੍ਹਾ ਜਿਹਾ ਵਿਰੋਧ ਕਰਦੇ ਸੀ। ਬਾਕੀ ਮੇਰੇ ਮਦਰ, ਮੇਰੇ ਬ੍ਰਦਰਸ, ਮੇਰੀਆਂ ਸਿਸਟਰਸ, ਉਹ ਹਮੇਸ਼ਾ ਚਾਹੁੰਦੇ ਸੀਗੇ ਕਿ ਤੂੰ ਕਲਾਕਾਰ ਬਣੇ, ਤੂੰ ਆਰਟਿਸਟ ਬਣੇ। ਅਤੇ ਫਿਰ ਉਦੋਂ ਕੀ ਰਿਐਕਸ਼ਨ ਸੀਗਾ ਉਹਨਾਂ ਦਾ ਜਦੋਂ ਪਿਆਰ ਮਿਲਣਾ ਸ਼ੁਰੂ ਹੋ ਗਿਆ? ਨਹੀਂ, ਜਦੋਂ ਮੇਰੀ ਪਹਿਲੀ ਐਲਬਮ ਆਈ ਚੱਲੀ ਜੀ, ਅਤੇ ਮੇਰੇ ਭੈਣਾਂ ਭਰਾਵਾਂ ਵੱਲੋਂ ਮੈਨੂੰ ਮੁਬਾਰਕਬਾਦ ਮਿਲੀ ਹੈ, ਮੇਰੇ ਮਦਰ ਵੱਲੋਂ ਵੀ, ਮੇਰੇ ਫਾਦਰ ਸਾਹਿਬ ਨੇ ਉਦੋਂ ਵੀ ਨਹੀਂ ਕੁਛ ਕਿਹਾ। ਅੱਛਾ। ਫਿਰ ਜਦੋਂ ਸੈਕਿੰਡ ਐਲਬਮ ਚੱਲੀ, ਫਿਰ ਉਹਨਾਂ ਨੂੰ ਲੱਗਿਆ ਕਿ ਵੀ ਹਾਂ ਹੁਣ ਮੇਰੇ ਬੇਟੇ ਦਾ ਨਾਮ ਹੋ ਗਿਆ, ਹੈ ਨਾ। ਅਤੇ ਫਿਰ ਮੈਨੂੰ ਪੁੱਛ ਵੀ ਲੈਂਦੇ ਸੀ ਵੀ ਕਿੱਦਾਂ ਤੈਨੂੰ ਪ੍ਰੋਗਰਾਮ ਕਰਨ ਜਾਂਦਾ, ਕਿ ਦਿੰਦੇ ਵੀ ਨਹੀਂ ਕੁਛ ਤੈਨੂੰ, ਹੈ ਨਾ। ਅਤੇ ਮੈਂ ਫਿਰ ਜਦੋਂ ਦੱਸਣਾ, ਫਿਰ ਅੱਛਾ ਬਈ ਕਮਾਲ ਹੋ ਗਈ, ਫਿਰ ਤਾਂ ਵਧੀਆ ਗੱਲ ਹੈ, ਹੈ ਨਾ, ਜੇ ਤੇਰਾ ਕੰਮ ਚੱਲ ਪਿਆ ਤਾਂ। ਅਤੇ ਫਿਰ ਉਹਨਾਂ ਨੇ ਮੈਨੂੰ ਮਤਲਬ ਗੁੱਡ ਵਿਸ਼ਿਜ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅੱਛਾ, ਜਦੋਂ ਪੇਰੈਂਟਸ ਪ੍ਰਾਊਡ ਫੀਲ ਕਰਦੇ ਨੇ ਨਾ ਜ਼ਿੰਦਗੀ ਦੇ ਵਿੱਚ, ਜਦੋਂ ਬੱਚਾ ਕੁਛ ਕਰ ਲਏ, ਹੈ ਨਾ, ਸਪੈਸ਼ਲੀ ਉਦੋਂ ਜਦੋਂ ਮਾਂ ਬਾਪ ਨੂੰ ਲੱਗਦਾ ਕਿ ਜ਼ਿੰਦਗੀ 'ਚ ਕੁਛ ਨਹੀਂ ਕਰ ਸਕਦਾ, ਪਰ ਜਦੋਂ ਕੁਛ ਕਰ ਲਏ ਫਿਰ ਉਹਨਾਂ ਨੂੰ ਤਾਂ ਪ੍ਰਾਊਡ ਫੀਲ ਹੁੰਦਾ ਹੀ ਹੈ। ਉਹ ਦੇਖ ਕੇ ਬੱਚਾ ਆਪਣੇ ਆਪ 'ਚ ਬਹੁਤ ਪ੍ਰਾਊਡ ਫੀਲ ਕਰਦਾ ਕਿ ਅਸੀਂ ਆਪਣੇ ਪੇਰੈਂਟਸ ਨੂੰ ਪ੍ਰਾਊਡ ਕਰਾਇਆ। ਹਾਂ ਬਿਲਕੁਲ ਜੀ, ਬਿਲਕੁਲ ਇੱਦਾਂ ਫੀਲ ਹੁੰਦਾ ਹੀ ਹੈ। ਦੇਖੋ, ਮੈਂ ਹੋਰਾਂ ਦੀ ਨਹੀਂ ਗੱਲ ਕਰਦਾ, ਮੈਂ ਆਪਣੀ ਗੱਲ ਕਰਦਾ। ਮੇਰੇ ਮਦਰ ਫਾਦਰ ਮੇਰੇ ਲਈ ਸਭ ਕੁਛ ਸੀਗੇ। ਬਿਲਕੁਲ। ਮੈਂ ਜੇ ਕੋਈ ਸੁਪਨਾ ਵੀ ਲਿਆ ਤਾਂ ਮੈਂ ਆਪਣੇ ਮਦਰ ਫਾਦਰ ਨੂੰ ਨਾਲ ਲੈ ਕੇ ਲਿਆ, ਕਿ ਜੇ ਮੇਰੀ ਕੋਈ ਮੈਂ ਸਟਾਰ ਬਣੂੰਗਾ ਤਾਂ ਤੁਸੀਂ ਵੀ ਮੇਰੇ ਨਾਲ ਉਸ ਉਹਦੇ ਹੱਕਦਾਰ ਹੋਵੋਗੇ, ਹੈ ਨਾ। ਬਿਲਕੁਲ। ਹਾਂ, ਜਿਹੜੀਆਂ ਖੁਸ਼ੀਆਂ ਮੇਰੇ ਕੋਲ ਹੋਣਗੀਆਂ ਤਾਂ ਉਹ ਸਾਡੀਆਂ ਤੁਹਾਡੀਆਂ ਹੋਣਗੀਆਂ। ਬਿਲਕੁਲ। ਅਤੇ ਉਹਨਾਂ ਦੀਆਂ ਅਸੀਸਾਂ, ਉਹਨਾਂ ਦਾ ਆਸ਼ੀਰਵਾਦ, ਉਹ ਅੱਜ ਤੱਕ ਮੇਰੇ ਨਾਲ ਹੈ। ਅਤੇ ਜੇ ਮੈਂ ਕਹਾਂ ਕਿ ਵੀ ਮੇਰਾ ਇਕੱਲੇ ਦਾ ਕੁਛ ਕੀਤਾ ਹੋਇਆ, ਉਹ ਨਹੀਂ, ਮੈਂ ਕਹੂੰਗਾ ਮੇਰੇ ਮਦਰ ਫਾਦਰ ਦਾ ਸਭ ਕੁਛ ਹੈ। ਬਿਲਕੁਲ। ਉਹਨਾਂ ਨੇ ਮੈਨੂੰ ਪਾਲਿਆ, ਪੜ੍ਹਾਇਆ, ਵੱਡਿਆਂ ਕੀਤਾ, ਅਤੇ ਉਹਨਾਂ ਦਾ ਇੱਕ ਇੱਕ ਅਹਿਸਾਨ ਮੈਂ ਦੇ ਨਹੀਂ ਸਕਦਾ। ਅਤੇ ਇਸ ਤੋਂ ਇਲਾਵਾ ਫਿਰ ਉਹਨਾਂ ਨੇ ਮੇਰੀ ਹੈਲਪ ਕੀਤੀ, ਮੇਰੇ ਸੰਗੀਤਕਾਰੀ ਦੇ ਖੇਤਰ ਦੇ ਵਿੱਚ ਵੀ ਮੇਰੀ ਉਹਨਾਂ ਨੇ ਹੈਲਪ ਕੀਤੀ। ਬਿਲਕੁਲ। ਅਤੇ ਮੈਂ ਕਿੱਦਾਂ ਝੁਠਲਾ ਸਕਦਾ, ਹੈ ਨਾ, ਮਾਂ ਨੂੰ ਜਾਂ ਪਿਓ ਨੂੰ ਕਿੱਦਾਂ ਝੁਠਲਾ ਸਕਦੇ ਹਾਂ। ਔਰ ਮਾਂ ਬਾਪ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਕਿ ਆਪਣੇ ਆਪ ਨੂੰ ਕਦੀ ਨਹੀਂ ਵੇਖਦੇ, ਹਮੇਸ਼ਾ ਬੱਚਿਆਂ ਲਈ ਜਾਣਦੇ ਨੇ ਉਹ। ਬੇਸ਼ੱਕ ਬੇਸ਼ੱਕ, ਇਹ ਗੱਲ ਕੋਈ ਦੋ ਰਾਏ ਨਹੀਂ ਹੈਗੀ। ਮੈਂ ਖੁਦ ਫਾਦਰ ਹਾਂ ਜੀ, ਅਤੇ ਮੈਨੂੰ ਹੁਣ ਪਤਾ ਹੈਗਾ ਕਿ ਵੀ ਮੈਂ ਆਪਣੇ ਬੱਚਿਆਂ ਨੂੰ ਕਿੱਦਾਂ ਰੱਖਦਾ। ਬਿਲਕੁਲ। ਆਪਣੇ ਨਾਲੋਂ ਪਹਿਲਾਂ ਰੱਖੀਦਾ ਜੀ ਉਹਨਾਂ ਨੂੰ, ਕਿ ਨਹੀਂ ਮੇਰੇ ਬੱਚੇ ਨੇ, ਇਹਨਾਂ ਦੀ ਖੁਸ਼ੀ ਹੈ। ਜੇ ਉਹ ਕੁਛ ਮੈਂ ਨਹੀਂ ਜ਼ਿੰਦਗੀ ਦੇ ਵਿੱਚ ਦੇਖਿਆ, ਉਹ ਮੈਂ ਮੇਰੇ ਬੱਚਿਆਂ ਨੂੰ ਬਣਾ ਇੱਦਾਂ ਫੀਲ ਹੋਵੇ। ਬਿਲਕੁਲ ਬਿਲਕੁਲ। ਅੱਛਾ, ਇੱਕ ਹੋਰ ਸਵਾਲ ਜਿਹੜਾ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਸਟੇਜ ਪ੍ਰੋਗਰਾਮਸ, ਜਿਵੇਂ ਤੁਸੀਂ ਕਿਹਾ ਕਿ ਹਰ ਥੋੜ੍ਹੇ ਸਮੇਂ ਬਾਅਦ ਕੁਝ ਅਜਿਹਾ ਸਮਾਂ ਆਉਂਦਾ ਕਿ ਸਟੇਜ ਪ੍ਰੋਗਰਾਮਸ ਜਿਹੜੇ ਵੱਧ ਜਾਂਦੇ ਨੇ, ਹੈ ਨਾ, ਚਾਹੇ ਉਹ ਮੇਲਿਆਂ ਦਾ ਸਮਾਂ ਹੋਵੇ, ਚਾਹੇ ਉਹ ਵਿਆਹਾਂ ਦਾ ਸਮਾਂ ਹੋਵੇ, ਹੈ ਨਾ।
ਤੁਸੀਂ ਕਿਹੜੀ ਚੀਜ਼ 'ਤੇ ਪ੍ਰੈਫਰੈਂਸ ਰੱਖਦੇ ਹੋ ਵੀ ਆਪਣੇ ਸਿੰਗਲ ਟਰੈਕਸ ਕਰਨੇ ਜਾਂ ਲਾਈਵ ਪਰਫਾਰਮੈਂਸ ਕਰਨੇ? ਸਿੰਗਲ ਟਰੈਕ 'ਚ ਆਉਂਦੇ ਹੋਣਗੇ, ਮਾਰਕੀਟ ਦੇ ਵਿੱਚ ਕੁਛ ਆਉਂਦਾ ਹੈਗਾ ਤਦ ਹੀ ਜਾ ਕੇ ਸਾਨੂੰ ਸ਼ੋਜ਼ ਦਾ ਉਹ ਮਿਲਦਾ ਹੈਗਾ। ਇਹ ਬੜਾ ਜ਼ਰੂਰੀ ਹੈ ਜੀ, ਮਤਲਬ ਤੁਹਾਡਾ ਕੁਛ ਨਾ ਕੁਛ ਮਾਰਕੀਟ ਦੇ ਵਿੱਚ ਆਉਂਦੇ ਰਹਿਣਾ, ਤੁਹਾਡੀ ਹਾਜ਼ਰੀ ਲੱਗਦੀ ਰਹਿਣਾ, ਬਿਲਕੁਲ ਉਹ ਸਿੰਗਲ ਟਰੈਕ ਹੀ ਨੇ ਸਾਡੇ, ਅਤੇ ਜੇ ਦਿਖਾਂਗੇ ਤਾਂ ਵਿਕਾਂਗੇ, ਬਿਲਕੁਲ। ਜੇ ਅਸੀਂ ਚੁੱਪ ਕਰਕੇ ਬੈਠ ਜਾਂਗੇ ਉਹ ਸਾਡਾ ਕੰਮ ਹੈ। ਮਤਲਬ ਆਹ ਇੱਕ ਗਾਣਾ ਆਇਆ ਗਾ ਪਾਗਲ ਹਾਂ ਜੀ, ਜੇ ਇਹ ਗਾਣਾ ਅੱਜ ਚੱਲਿਆ ਤਾਂ ਇਹਦੀ ਬਦੌਲਤ ਮੈਨੂੰ ਚਾਰ ਜਗ੍ਹਾ ਤੋਂ ਆਫਰਸ ਆਉਣਗੀਆਂ ਕਿ ਯਾਰ ਉਹਨਾਂ ਦਾ ਗਾਣਾ ਚੱਲਿਆ ਅਤੇ ਉਹਨੂੰ ਬੁਲਾਓ, ਕਿਸੇ ਕਾਲਜ 'ਚੋਂ ਬੁੱਕ ਹੋਏਗਾ ਪ੍ਰੋਗਰਾਮ, ਕਿਸੇ ਮੇਲੇ ਤੋਂ ਬੁੱਕ ਹੋਏਗਾ ਪ੍ਰੋਗਰਾਮ, ਕਿਤੋਂ ਬਾਹਰੋਂ ਆਫਰ ਆਏਗੀ, ਹੈ ਨਾ। ਜੇ ਅਸੀਂ ਲੋਕਾਂ ਨੂੰ ਗੱਡੀ ਦੇ ਵਿੱਚ ਸੁਣਨ ਲਈ ਜਾਂ ਘਰ ਦੇ ਵਿੱਚ ਸੁਣਨ ਲਈ ਕੁਛ ਨਹੀਂ ਦੇਵਾਂਗੇ ਤਾਂ ਉਹ ਨਹੀਂ, ਫਿਰ ਉਸ ਤੋਂ ਬਾਅਦ ਫਿਰ ਬੰਦਾ ਮਾਰਕੀਟ ਦੇ ਵਿੱਚ ਲੋਕ ਇਹ ਸੋਚਣ ਲੱਗ ਜਾਂਦੇ ਨੇ ਕਿ ਇਹਨੇ ਸ਼ਾਇਦ ਕੰਮ ਬੰਦ ਕਰ ਦਿੱਤਾ। ਬਿਲਕੁਲ ਬਿਲਕੁਲ, ਇਹ ਤਾਂ ਬੜਾ ਜ਼ਰੂਰੀ ਹੈ, ਬਿਲਕੁਲ। ਕੁਛ ਨਾ ਕੁਛ ਤੁਸੀਂ ਐਜ਼ ਆ ਇੰਸਟਾਲਮੈਂਟ ਸਮਝ ਲਓ, ਕੁਛ ਨਾ ਕੁਛ ਤੁਹਾਨੂੰ ਦੇਣਾ ਪੈਣਾ ਲੋਕਾਂ ਨੂੰ, ਬਿਲਕੁਲ। ਚੁੱਪ ਕਰਕੇ ਨਾ ਬੈਠੋ। ਮੈਂ ਆਰਟਿਸਟ ਲੋਕਾਂ ਨੂੰ ਇਹ ਬੇਨਤੀ ਕਰੂੰਗਾ ਕਿ ਜਿਹੜੇ ਗਾਉਂਦੇ ਹੈ, ਜਿਨ੍ਹਾਂ ਨੇ ਜਿਨ੍ਹਾਂ ਦਾ ਕਿੱਤਾ ਹੀ ਇਹ ਹੈ, ਜਿਨ੍ਹਾਂ ਨੇ ਕੰਮ ਹੀ ਸਾਰੀ ਲਾਈਫ ਇਹ ਕਰਨਾ, ਉਹ ਕਦੇ ਵੀ ਇਸ ਗੱਲ ਤੋਂ ਇਹ ਨਾ ਮੁਨਕਰ ਹੋਣ ਕਿ ਵੀ ਮੇਰੇ ਗਾਣੇ ਬਹੁਤ ਚੱਲੇ ਉਹਨੇ, ਛੱਡੋ ਪਰੇ, ਹੁਣ ਗਾਣੇ ਨਹੀਂ ਦੇਣੇ ਹੈਗੇ, ਗਾਉਂਦੇ ਰਹੋ। ਬਿਲਕੁਲ, ਕੁਛ ਨਾ ਕੁਛ ਆਰਟਿਸਟ ਲੋਕਾਂ ਨੂੰ ਦਿੰਦਾ ਰਹੇ ਅਤੇ ਫਿਰ ਹੀ ਉਹਦੀ ਲਾਈਫ ਉਹਦੇ 'ਚ ਸਕੂਨ ਰਹਿੰਦਾ ਹੈ। ਅੱਛਾ, ਆਰਟਿਸਟ ਦੀ ਤੁਸੀਂ ਗੱਲ ਕੀਤੀ, ਆਰਟਿਸਟ ਟਾਰਗੇਟ ਵੀ ਬਹੁਤ ਜ਼ਿਆਦਾ ਹੋਣ ਲੱਗ ਗਏ ਨੇ ਅੱਜ ਕੱਲ੍ਹ। ਹਾਂ, ਹੁੰਦੇ ਨੇ ਆਰਟਿਸਟ, ਧਰਮਾਂ ਦੇ ਬੜੇ ਟਾਰਗੇਟ ਹੋਣ ਲੱਗ ਗਏ ਨੇ ਆਰਟਿਸਟ। ਕਈ ਕਈ ਤਾਂ ਬੋਲਦੇ ਨੇ, ਕਈ ਤਾਂ ਮਾੜਾ ਬੋਲ ਜਾਂਦੇ ਨੇ, ਬਿਲਕੁਲ, ਅਤੇ ਉਹਨਾਂ ਨੇ ਤਾਂ ਟਾਰਗੇਟ ਹੋਣਾ ਹੀ ਹੈ। ਜਿਹੜੇ ਕੁਛ ਵੀ ਨਹੀਂ ਕਹਿੰਦੇ ਕਿਸੇ ਨੂੰ, ਉਹ ਵੀ ਟਾਰਗੇਟ ਹੋ ਜਾਂਦੇ, ਬਿਲਕੁਲ, ਹੈ ਨਾ। ਸੋ ਮੈਂ ਤਾਂ ਬੇਨਤੀ ਕਰੂੰਗਾ, ਮੈਂ ਕਹਿੰਦਾ ਹੁੰਦਾ ਕਿ ਵੀ ਰਾਮ ਰਹੀਮ ਅਤੇ ਮੌਲਾ ਕੀ, ਜੇ ਗੱਲ ਸਮਝ ਲਈ ਫਿਰ ਰੌਲਾ ਕੀ, ਕਿਹੜੀਆਂ ਗੱਲਾਂ ਦਾ ਲੜਾਈ ਪਾ ਕੇ ਬੈਠੇ ਹੋਏ ਹੋ। ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ, ਅੱਬਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ 'ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜੇ ਇਹਨਾਂ ਮੰਤਰਾਂ ਨੂੰ ਲੋਕ ਦਿਮਾਗ ਦੇ ਵਿੱਚ ਅਪਲਾਈ ਕਰ ਲੈਣ ਤਾਂ ਫਿਰ ਨਹੀਂ ਕੋਈ ਵੈਰੀ, ਨਾ ਹੀ ਕੋਈ ਬਗਾਨਾ, ਸਭ ਆਪਣੇ ਨੇ। ਉਹਨੇ ਸ੍ਰਿਸ਼ਟੀ ਤਾਂ ਮਾਲਕ ਨੇ ਇੱਦਾਂ ਦੀ ਰਚਾਈ ਸੀ ਕਿ ਸਾਰੇ ਇੱਕੋ ਜਿਹੇ ਹੈ ਜੀ, ਬਟ ਅਸੀਂ ਇਹ ਆਪਸ ਵਿੱਚ ਹੀ ਵੰਡ ਲਈਆਂ ਗੱਲਾਂ। ਮੇਰਾ ਇੱਕ, ਮੈਂ ਗੀਤ ਗਾਉਂਦਾ ਉਹਨਾਂ ਸਟੇਜ 'ਤੇ ਚੜ੍ਹਨ ਤੋਂ ਪਹਿਲਾਂ, ਪਹਿਲਾ ਹੀ ਗੀਤ ਮੇਰਾ ਉਹ ਹੁੰਦਾ ਹੈਗਾ, ਉਹਦੇ ਵਿੱਚ ਮੇਰਾ ਇੱਕ ਅੰਤਰਾ ਲਿਖਿਆ ਹੈਗਾ ਕਿ ਵੀ ਮਜ਼ਹਬ ਨਾਮ ਦੀ ਚੀਜ਼ ਕੋਈ ਨਾ, ਸਭ ਕੁਛ ਬਣਿਆ ਬੰਦੇ ਤੋਂ, ਬਿਲਕੁਲ। ਧਰਮ ਜਾਤਾਂ ਵੀ ਆਪੇ ਘੜੀਆਂ, ਬਚ ਕੇ ਗੋਰਖ ਧੰਦੇ ਤੋਂ, ਉਸਨੇ ਫਰਕ ਨਹੀਂ ਰੱਖਿਆ ਕੋਈ, ਬੰਦੇ ਵੰਡੀਆਂ ਪਾਈਆਂ ਨੇ, ਰੱਬ ਨੇ ਰੂਹਾਂ ਇੱਕੋ ਜਿਹੀਆਂ ਇੱਕ ਸਮਾਨ ਬਣਾਈਆਂ। ਕੀ ਬਾਤ, ਪਰ ਫਿਰ ਵੀ ਦੁਨੀਆ ਸਮਝਦੀ ਨਹੀਂ, ਸੁਣ ਕੇ ਚਲੇ ਜਾਂਦੇ ਨੇ, ਦੂਸਰੇ ਦਿਨ ਜਾ ਕੇ ਫੇਰ ਲੜ ਪੈਂਦੇ ਨੇ। ਨਹੀਂ ਲੜਨਾ ਚਾਹੀਦਾ, ਕਿਸੇ ਦੇ ਧਰਮ ਦੇ ਖਿਲਾਫ ਬਿਲਕੁਲ ਨਾ ਬੋਲੋ, ਕਿਸੇ ਨੂੰ ਉੱਚਾ ਨੀਵਾਂ ਸ਼ਬਦ ਨਾ ਬੋਲੋ ਜਿਹਦੇ ਨਾਲ ਕੋਈ ਹਰਟ ਹੁੰਦਾ ਹੈਗਾ। ਧਰਮ ਅਸੀਂ ਆਪਣੇ ਆਪ ਬਣਾਏ ਹੋਏ ਨੇ, ਮੇਰੇ ਖਿਆਲ ਦੇ ਵਿੱਚ ਸਭ ਤੋਂ ਵੱਡਾ ਧਰਮ ਹੈਗਾ ਇਨਸਾਨੀਅਤ। ਬਿਲਕੁਲ, ਅੱਜ ਦੀ ਡੇਟ ਦੇ ਵਿੱਚ ਇਨਸਾਨ ਨਹੀਂ ਲੱਭਦੇ ਹੈਗੇ ਜੀ, ਧਰਮੀ ਲੋਕ ਲੱਭਦੇ ਹੈ, ਇਨਸਾਨ ਨਹੀਂ ਲੱਭਦੇ ਹੈਗੇ। ਜਾਤਾਂ ਪਾਤਾਂ ਦੇ ਚੱਕਰ 'ਚ ਇੰਨਾ ਕੁ ਫਸ ਗਏ ਹਾਂ, ਕਿਸੇ ਟਾਈਮ ਲੱਗਦਾ ਸੀ ਕਿ ਸਾਡੀਆਂ ਪੀੜ੍ਹੀਆਂ ਪੜ੍ਹ ਰਹੀਆਂ ਨੇ, ਸਾਡੀ ਜਨਰੇਸ਼ਨ ਪੜ੍ਹ ਰਹੀ ਹੈ, ਇਹਨਾਂ ਗੱਲਾਂ ਤੋਂ ਉੱਪਰ ਉੱਠੇਗੀ। ਬਿਲਕੁਲ, ਮੇਰੇ ਖਿਆਲ ਦੇ ਵਿੱਚ ਹੋਰ ਜ਼ਿਆਦਾ ਥੱਲੇ ਨੂੰ ਨਿਗਰ ਗਈ ਹੈ ਦੁਨੀਆ।
ਕਨਹਈਆ ਮਿੱਤਲ ਜੀ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਇੱਕ ਜਾਗਰਣ ਦੇ ਦੌਰਾਨ ਕਿ ਕਿਤੇ ਹੋਰ ਜਾਗਰਣ ਹੋਇਆ ਸੀਗਾ, ਉਹਨਾਂ ਨੇ ਤਿੰਨ ਚਾਰ ਸਿੰਗਰਸ ਦਾ ਨਾਮ ਲਿਆ ਸੀਗਾ। ਉਹਦੇ ਵਾਸਤੇ ਮੈਂ ਕੁਛ ਨਹੀਂ ਕਹਾਂਗਾ, ਉਹ ਸਾਡਾ ਭਰਾ ਹੈ। ਕਈ ਵਾਰ ਕੀ ਹੁੰਦਾ ਨਾ, ਬੰਦੇ ਦੀ ਨੌਲੇਜ ਜਾਂ ਕੋਈ ਇਰਦ ਗਿਰਦ ਵਾਲੇ ਉਹਨੂੰ ਚੁੱਕ ਦਿੰਦੇ ਨੇ ਕਿ ਤੂੰ ਬੋਲ, ਹੈ ਨਾ, ਅਤੇ ਉਹ ਬੋਲ ਜਾਂਦਾ ਹੈ, ਪਰ ਉਹਦੇ ਰਿਜ਼ਲਟ ਕੀ ਨੇ ਜੀ ਉਹ ਉਹਨੂੰ ਵੀ ਪਤਾ ਹੈ ਅਤੇ ਸਾਨੂੰ ਵੀ ਪਤਾ ਹੈ। ਕਈ ਵਾਰੀ ਲੋਕ ਯੂਜ਼ ਕਰ ਜਾਂਦੇ ਨੇ ਆਰਟਿਸਟ ਬੰਦੇ ਨੂੰ, ਬਿਲਕੁਲ। ਮੇਰੇ ਖਿਆਲ ਦੇ ਵਿੱਚ ਆਪਣੀ ਸੋਚ ਸਮਝ ਨਾਲ ਚੱਲਣਾ ਚਾਹੀਦਾ। ਅੱਛਾ, ਕਦੀ ਮਤਲਬ ਜਦੋਂ ਉਹਨਾਂ ਦੀ ਇਹ ਸਟੇਟਮੈਂਟ ਆਈ ਸੀਗੀ ਸਾਹਮਣੇ, ਵੀ ਉਹਨਾਂ ਨੇ ਸਾਫ਼ ਇਹ ਕਹਿ ਦਿੱਤਾ ਸੀਗਾ ਕਿ ਖਾਨਸ ਕੋਲੋਂ ਜਾਗਰਣ ਕਰਵਾਉਣੇ ਬੰਦ ਕਰਨੇ ਚਾਹੀਦੇ ਨੇ, ਹੈ ਨਾ। ਨਹੀਂ, ਸਾਨੂੰ ਪਿਆਰ ਕਰਨ ਵਾਲੇ ਨੇ ਸਾਨੂੰ ਬੁੱਕ ਕਰਨ ਨੂੰ ਹਟੇ ਨਹੀਂ, ਬਿਲਕੁਲ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਅਸੀਂ ਕਿਹੜਾ ਜਾ ਕੇ ਕਿਤੇ ਸਟੇਜ ਦੇ ਉੱਤੇ ਕੁਛ ਮਾੜਾ ਬੋਲਣਾ ਕਿਸੇ, ਬਿਲਕੁਲ ਬਿਲਕੁਲ। ਅਸੀਂ ਵੀ ਗੁਣਗਾਨ ਹੀ ਕਰਦੇ ਆ ਰਹੇ ਹਾਂ, ਹੈ ਨਾ ਜੀ। ਮੇਰੇ ਖਿਆਲ ਦੇ ਵਿੱਚ ਲੋਕ ਯੂਜ਼ ਕਰਦੇ ਆ, ਕਨਹਈਆ ਮਿੱਤਲ ਜੀ ਯੂਜ਼ ਹੋਇਆ। ਉਸ ਤੋਂ ਬਾਅਦ ਕਦੀ ਗੱਲ ਹੋਈ ਉਹਨਾਂ ਨਾਲ? ਨਹੀਂ, ਗੱਲ ਨਾ ਵੀ ਹੋਵੇ, ਮੇਰੇ ਦਿਲ ਦੇ ਵਿੱਚ ਉਹਨਾਂ ਲਈ ਮੁਹੱਬਤ ਹੈ, ਪਿਆਰ ਹੈ, ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਪਰ ਕਿਤੇ ਕਿਤੇ ਬੰਦੇ ਦਾ ਜਦੋਂ ਮਾੜਾ ਸਮਾਂ ਹੁੰਦਾ ਨਾ ਜੀ, ਉਹ ਫਿਰ ਬਹੁਤ ਕੁਛ ਬੋਲ ਜਾਂਦਾ। ਬਿਲਕੁਲ, ਇਹ ਬੁੱਧੀ ਹੈ ਜਾਂ ਜ਼ੁਬਾਨ ਹੈ, ਇਹ ਬੜਾ ਕੁਛ ਕਰਾ ਦਿੰਦੀ ਹੈ। ਜਸਵੀਰ ਜੱਸੀ ਜੀ ਵੀ ਕੁਝ ਅਜਿਹੀਆਂ ਉਹਨਾਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਸੀ ਜਿੱਥੇ ਉਹ ਗੁਰਦਾਸ ਮਾਨ ਸਾਹਿਬ ਨੂੰ ਕਹਿੰਦੇ ਹੋਏ ਨਜ਼ਰ ਆਏ ਕਿ ਡੇਰਿਆਂ 'ਤੇ ਜਾ ਕੇ ਗਾਇਕਾਂ ਨੂੰ ਨਹੀਂ ਗਾਣਾ ਚਾਹੀਦਾ, ਡੇਰਾ ਸਭ ਨੂੰ ਰੱਬ ਸਮੱਤ ਬਖਸ਼ੇ। ਮੈਂ ਪਹਿਲਾਂ ਹੀ ਗੱਲ ਕਹਿ ਚੁੱਕਿਆ ਤੁਹਾਨੂੰ ਕਿ ਰੱਬ ਦਾ ਨਾਂ ਇੱਕ ਹੈ, ਬਿਲਕੁਲ, ਸਾਰੀ ਦੁਨੀਆ ਇੱਕ ਹੈ। ਮੇਰੇ ਲਈ ਜੱਸੀ ਬੇਗਾਨਾ ਨਹੀਂ ਹੈਗਾ, ਮੇਰੇ ਲਈ ਕਨਹਈਆ ਮਿੱਤਲ ਵੀ ਬੇਗਾਨੇ ਨਹੀਂ ਹੈਗੇ। ਜਦ ਮੈਂ ਆਪਣੀ ਸੋਚ 'ਤੇ ਚੱਲਦਾ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਬਿਲਕੁਲ ਠੀਕ ਹੈ। ਹਰ ਇੱਕ ਧਰਮ ਦੀ ਇੱਕ ਆਪਣੀ ਬਾਉਂਡਰੀ ਹੁੰਦੀ ਹੈਗੀ, ਅਤੇ ਜਿਹੜੇ ਹੋਰ ਲੋਕ ਮੰਨਦੇ ਹੈਗੇ ਉਹਨਾਂ ਦਾ ਆਪਣਾ ਧਰਮ ਹੈ, ਉਹਨਾਂ ਨੂੰ ਮੰਨਣ ਦਿਓ, ਤੁਸੀਂ ਕੌਣ ਹੁੰਦੇ ਹੋ ਰੋਕਣ ਵਾਲੇ। ਜਿੱਥੇ ਕਿਸੇ ਦਾ ਯਕੀਨ ਹੈ, ਜਿੱਥੇ ਕਿਸੇ ਦਾ ਮਨ ਰਾਜ਼ੀ ਹੈ, ਉੱਥੇ ਜਾਏਗਾ, ਤੁਸੀਂ ਉਹਨਾਂ ਨੂੰ 100 ਵਾਰੀ ਰੋਕੋ। ਕਈ ਵਾਰ ਮਾਂ ਬਾਪ ਵੀ ਤੁਹਾਨੂੰ ਰੋਕਦੇ ਹੈ ਕਿ ਵੀ ਬੇਟਾ ਤੂੰ ਉੱਥੇ ਨਾ ਜਾਈ, ਫਿਰ ਵੀ ਬੱਚਾ ਉੱਥੇ ਜਾਂਦਾ ਜੀ, ਜੀ ਜਾਂਦਾ ਨਾ, ਉਹਦਾ ਆਪਣਾ ਯਕੀਨ ਹੈ, ਬਿਲਕੁਲ। ਕੋਈ ਕੌਣ ਹੁੰਦਾ ਕਿਸੇ ਨੂੰ ਰੋਕਣ ਵਾਲਾ। ਹੁਣ ਮੈਂ ਸਭ ਧਰਮਾਂ ਨੂੰ ਮੰਨਦਾ, ਮੈਂ ਚਰਚ ਵੀ ਜਾ ਆਉਂਦਾ, ਮੈਂ ਗੁਰਦੁਆਰੇ ਵੀ ਜਾਂਦਾ, ਮੈਂ ਮਸਜਿਦ ਵੀ ਜਾਂਦਾ, ਮੈਂ ਨਮਾਜ਼ ਵੀ ਪੜ੍ਹਦਾ, ਮੈਂ ਮਾਤਾ ਰਾਣੀ ਦੇ ਮੰਦਰ 'ਚ ਵੀ ਜਾ ਆਉਂਦਾ। ਨਾ ਮੈਨੂੰ ਅੱਜ ਤੱਕ ਕਿਸੇ ਨੇ ਰੋਕਿਆ ਅਤੇ ਨਾ ਮੈਂ ਕਦੇ ਕਿਸੇ ਨਾਲ ਫਰਕ ਕੀਤਾ। ਇੱਦਾਂ ਹੀ ਹੋਣਾ ਵੀ ਚਾਹੀਦਾ, ਹੋਣਾ ਚਾਹੀਦਾ ਇੱਦਾਂ। ਧਰਮਾਂ ਦੇ ਨਾਂ 'ਤੇ ਬਖਰੇਵਾਂ ਪਾ ਕੇ ਤਾਂ ਫਿਰ ਕੱਟ ਵਾਢੀ ਹੋ ਸਕਦੀ ਹੈ, ਕਲੇਸ਼ ਹੀ ਹੋ ਸਕਦਾ, ਬਿਲਕੁਲ। ਹੋਰ ਤਾਂ ਕੁਛ ਨਹੀਂ ਨਾ ਲੱਭਣਾ, ਬਿਲਕੁਲ ਬਿਲਕੁਲ। ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਸਰਬ ਧਰਮ ਹੋਵੋ, ਸਾਰੇ ਧਰਮਾਂ ਦਾ ਸਤਿਕਾਰ ਕਰੋ, ਕੋਈ ਵੀ ਧਰਮ ਮਾੜਾ ਨਹੀਂ ਹੈਗਾ। ਧਰਮਾਂ ਦੇ ਵਿੱਚ ਕਿਸੇ ਵੇਦ ਗ੍ਰੰਥ ਦੇ ਵਿੱਚ ਨਹੀਂ ਲਿਖਿਆ ਹੋਇਆ ਕਿ ਤੁਸੀਂ ਕਿਸੇ ਨੂੰ ਗਾਲਾਂ ਕੱਢੋ, ਕਿਸੇ ਨੂੰ ਰੋਕੋ, ਕਿਸੇ ਨੂੰ ਮਾੜਾ ਕਹੋ। ਸੋ ਹਾਂ, ਇਹ ਵੀ ਗੱਲ ਹੈਗੀ ਹੈ ਕਿ ਹਰ ਧਰਮ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਮੰਨਣ ਵਾਲੇ ਨੇ, ਧਰਮ ਦੇ ਵਿੱਚ ਨਹੀਂ, ਜਿਹੜੇ ਮੰਨਣ ਵਾਲੇ ਨੇ, ਉਹਨਾਂ ਦੇ ਵਿੱਚ ਕੱਟੜਪੰਥੀ ਆ ਜਾਂਦੀ ਹੈ। ਉਹਨਾਂ ਨੂੰ ਵੀ ਮੈਂ ਕਹੂੰਗਾ ਕਿ ਮਿਲ ਜੁਲ ਕੇ ਰਹੋ ਜੀ। ਇਹ ਸਾਡਾ ਸਭ ਦਾ ਦੇਸ਼ ਹੈ, ਬਿਲਕੁਲ, ਬੜਾ ਪਿਆਰਾ ਹੈਗਾ, ਇਹਦੇ ਵਿੱਚ ਹਰ ਰੰਗ ਹੈਗਾ ਸਾਡੇ ਕੰਟਰੀ ਦੇ ਵਿੱਚ ਜੀ। ਇੱਥੇ ਮਿਲ ਜੁਲ ਕੇ ਰਹਿਣਾ ਹੀ ਸਾਡੇ ਲਈ ਠੀਕ ਰਹੇਗਾ। ਜੇ ਅਸੀਂ ਬਖਰੇਵੇਂ ਕਰਾਂਗੇ ਤਾਂ ਇੱਕ ਦਿਨ ਸਾਡਾ ਅਸੀਂ ਖੁਦ ਹੀ ਨਾਸ ਕਰ ਲਾਂਗੇ, ਖੁਦ ਹੀ ਮਰ ਜਾਂਗੇ ਅਸੀਂ ਲੜ ਲੜ ਕੇ। ਕਿਸੇ ਨੂੰ ਇਹਦੇ 'ਚੋਂ, ਹੋਰ ਕੰਟਰੀਆਂ ਨੂੰ ਤਾਂ ਫਾਇਦਾ ਹੋ ਸਕਦਾ, ਸਾਨੂੰ ਨਹੀਂ ਕੋਈ ਫਾਇਦਾ। ਬਿਲਕੁਲ ਬਿਲਕੁਲ,
ਅੱਛਾ, ਸਿੱਧੂ ਦੇ ਨਾਲ ਕਦੀ ਮੁਲਾਕਾਤ ਹੋਈ ਸੀ ਕਿ ਤੁਹਾਡੀ? ਨਹੀਂ ਜੀ, ਨਹੀਂ, ਮੇਰੀ ਮੁਲਾਕਾਤ ਨਹੀਂ ਹੋਈ। ਦਿਲਜੀਤ ਬਾਰੇ ਕੀ ਕਹਿਣਾ ਤੁਹਾਡਾ? ਹੈਂਜੀ, ਦਿਲਜੀਤ ਦੋਸਾਂਝ ਬਾਰੇ ਕੀ ਕਹਿਣਾ? ਦਿਲਜੀਤ ਬਹੁਤ ਅੱਛਾ ਹੈ, ਸਾਰੇ ਬਹੁਤ ਅੱਛੇ ਹੈ। ਹੁਣ ਜਿਵੇਂ ਉਹਨਾਂ ਦੇ ਕਾਨਸਰਟਸ ਚੱਲ ਰਹੇ ਨੇ ਔਰ ਸਾਰੇ ਸਟੇਡੀਅਮ ਉਹਨਾਂ ਦੇ, ਦਿਲਜੀਤ ਨੇ ਬਹੁਤ ਵੱਡਾ ਨਾਮ ਕੀਤਾ ਹੈਗਾ ਪੰਜਾਬ ਦਾ, ਪੰਜਾਬੀਅਤ ਦਾ। ਬਹੁਤ ਵੱਡੇ ਵੱਡੇ ਸ਼ੋਅ ਹੁੰਦੇ ਨੇ, ਬਹੁਤ ਅੱਛੀਆਂ ਮੂਵੀਜ਼ ਹੁੰਦੀਆਂ ਉਹਦੀਆਂ, ਅਤੇ ਬਹੁਤ ਵੱਡੀਆਂ ਵੱਡੀਆਂ ਥਾਵਾਂ 'ਤੇ ਜਾ ਕੇ ਉਹਨੇ ਪੰਜਾਬੀ ਗਾਈ ਹੈ, ਪੰਜਾਬੀ ਬੋਲੀ ਹੈ। ਮੈਂ ਸਲਿਊਟ ਕਰਦਾ ਦਿਲਜੀਤ ਨੂੰ ਕਿ ਦਿਲਜੀਤ ਨੇ ਐਡਾ ਵੱਡਾ ਨਾਮ ਕਮਾਇਆ ਅਤੇ ਸਾਡੀ ਪੰਜਾਬੀ ਮਾਂ ਬੋਲੀ ਦਾ ਨਾਮ ਰੋਸ਼ਨ ਕੀਤਾ ਹੈਗਾ ਉਹਨਾਂ। ਬਿਲਕੁਲ, ਕੱਲ੍ਹ ਦਾ ਜਿਹੜਾ ਉਹਨਾਂ ਦਾ ਕੈਨੇਡਾ ਦੇ ਵਿੱਚ ਕੌਨਸਰਟ ਸੀਗਾ ਅਤੇ ਜਸਟਿਨ ਟਰੂਡੋ ਉਹਨਾਂ ਨੂੰ ਮਿਲਣ ਆਏ ਉੱਥੇ, ਕੋਈ ਵੱਡੀ ਗੱਲ ਨਹੀਂ, ਦਿਲਜੀਤ ਬਹੁਤ ਵੱਡਾ ਹੈ। ਕਿਆ ਬਾਤ ਹੈ, ਹਾਂ, ਆ ਸਕਦੇ ਨੇ, ਨਾਲੇ ਉਹ ਸਾਡੇ ਦੇਸ਼ ਵਾਂਗੂ ਨਹੀਂ ਹੈਗੇ। ਜਿਹੜੇ ਬਾਹਰਲੇ ਕੰਟਰੀ ਦੇ ਪ੍ਰਧਾਨ ਮੰਤਰੀ ਨੇ ਨਾ, ਉਹ ਤੁਹਾਨੂੰ ਮਿਲਣ ਆ ਸਕਦੇ ਨੇ। ਤੁਹਾਨੂੰ ਕੋਈ ਵੀ MP ਤੁਹਾਡੇ ਮੂਹਰੇ ਨੱਚਦਾ ਹੋਏਗਾ, ਕੋਈ ਵੀ ਗ੍ਰਹਿ ਮੰਤਰੀ ਤੁਹਾਡੇ ਨਾਲ ਬੈਠ ਕੇ ਚਾਹ ਪੀ ਲੇਗਾ। ਇੱਥੇ ਤਾਂ ਮਿਲਣਾ ਹੀ ਬੜਾ ਮੁਸ਼ਕਲ ਹੈ, ਇੱਥੇ ਮਿਲਣਾ ਬਹੁਤ ਮੁਸ਼ਕਲ ਹੈ। ਅੱਛਾ, ਤੁਸੀਂ ਲਤਾ ਮੰਗੇਸ਼ਕਰ ਜੀ ਨੂੰ ਬਹੁਤ ਸੁਣਿਆ, ਤੁਸੀਂ ਉਹਨਾਂ ਦੇ ਬਹੁਤ ਵੱਡੇ ਫੈਨ ਹੋ, ਹੈ ਨਾ ਜੀ? ਗਾਇਕੀ ਤੋਂ ਇਲਾਵਾ ਕੀ ਚੰਗਾ ਲੱਗਦਾ ਸੀਗਾ ਉਹਨਾਂ ਦਾ? ਦੇਖੋ, ਮੈਂ ਉਹਨਾਂ ਨੂੰ ਮਿਲਿਆ ਨਹੀਂ ਹੈਗਾ, ਨਾ ਮੈਂ ਉਹਨਾਂ ਨੂੰ ਦੇਖਿਆ ਹੀ ਹੈ ਜੀ, ਮਤਲਬ TV 'ਤੇ ਹੀ ਸੁਣਿਆ ਜਾਂ ਉਹਨਾਂ ਦੇ ਗਾਣੇ ਸੁਣੇ। ਮੈਂ ਤਾਂ ਗਾਇਕੀ ਹੀ ਸੁਣੀ ਹੈ, ਹੈ ਨਾ, ਅਤੇ ਬਾਕੀ ਉਹਨਾਂ ਦੀ ਸ਼ਾਂਤ ਜੀ ਰੂਹ ਮੈਨੂੰ ਬੜੀ ਅੱਛੀ ਲੱਗਦੀ ਹੈ। ਜਿੰਨੀ ਰੂਹ ਸ਼ਾਂਤ ਹੈਗੀ, ਉਨਾ ਹੀ ਵਧੀਆ ਗਾਣਾ ਸੀਗਾ ਉਹਨਾਂ ਦਾ। ਬਿਲਕੁਲ, ਉਹ ਫਿਰ ਗਾਣੇ ਨੂੰ ਸਮਰਪਿਤ ਲੋਕ ਸੀਗੇ, ਅਤੇ ਗਾਣਾ ਬਹੁਤ ਵੱਡਾ ਸੀਗਾ ਉਹਨਾਂ ਦਾ, ਬਹੁਤ ਕਮਾਲ, ਬਹੁਤ ਅੱਛੀ ਆਵਾਜ਼। ਇਹੋ ਜਿਹੀ ਆਵਾਜ਼ ਕਦੇ ਮੇਰੇ ਖਿਆਲ 'ਚ ਨਹੀਂ ਸੁਣਨ ਨੂੰ ਮਿਲੇ ਜੋ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਸੀ। ਸੋ ਅੱਜ ਵੀ ਕਿਤੇ ਜਾਂਦੇ ਹੁੰਦੇ ਹਾਂ ਸਫ਼ਰ ਦੇ ਵਿੱਚ, ਤਾਂ ਕਿਤੇ ਨਾ ਕਿਤੇ ਉਹਨਾਂ ਦੇ ਹੀ ਗਾਣੇ ਗੁਣਗੁਣਾਈਦੇ ਨੇ ਜਾਂ ਸੁਣੀਦੇ ਨੇ। ਸਰਦੂਲ ਸਿਕੰਦਰ ਜੀ ਨੂੰ ਸੁਣੀਦਾ, ਨੁਸਰਤ ਫਤਿਹ ਅਲੀ ਖਾਨ ਸਾਹਿਬ ਜੀ ਨੂੰ ਸੁਣੀਦਾ। ਬਿਲਕੁਲ, ਤਾਂ ਜਿਹੜੇ ਸੁਰੀਲਾ ਗਾਉਂਦੇ ਨੇ ਸਭ ਨੂੰ ਸੁਣੀਦਾ। ਅੱਛਾ, ਲਤਾ ਜੀ ਦਾ ਕਿਹੜਾ ਗੀਤ ਹੈ ਜਿਹੜਾ ਤੁਹਾਡੇ ਦਿਲ ਦੇ ਕਰੀਬ ਹੈ? ਸਾਰੇ ਗਾਣੇ ਉਹਨਾਂ ਦੇ ਕਮਾਲ ਨੇ ਜੀ, ਪਰ ਕੋਈ ਇੱਕ ਤਾਂ ਹੋਏਗਾ, ਮਤਲਬ ਹਰ ਕਿਸੇ ਦੀ ਲਾਈਫ 'ਚ ਇਹੋ ਜਿਹਾ ਮੂਮੈਂਟ ਜ਼ਰੂਰ ਨਹੀਂ। ਉਹਨਾਂ ਦਾ ਕੋਈ ਵੀ ਗਾਣਾ ਤੁਸੀਂ ਇੱਦਾਂ ਨਹੀਂ ਕਰ ਸਕਦੇ ਕਿ ਵੀ ਇਹ ਗਾਣਾ ਮੈਨੂੰ ਚੰਗਾ ਨਹੀਂ ਲੱਗਿਆ। ਬਹੁਤੇ ਅੱਛੇ ਗੀਤ ਨੇ, ਬਹੁਤ ਅੱਛੇ। ਹਰ ਫਿਲਮ ਦਾ ਗੀਤ, ਹਰ ਗੀਤ ਉਹਨਾਂ ਦਾ, ਮਤਲਬ ਤੁਹਾਨੂੰ ਸੁਣ ਕੇ ਇੱਦਾਂ ਲੱਗੇਗਾ ਕਿ ਹਾਂ ਕਿਆ ਬਾਤ ਹੋ ਗਈ। ਆਵਾਜ਼ ਇੰਨੀ ਪਿਆਰੀ ਹੈ, ਰੂਹ 'ਚ ਉੱਤਰ ਜਾਂਦੀ ਹੈ। ਅਤੇ ਉਸ ਤੋਂ ਬਾਅਦ ਫਿਰ ਉਸ ਸਮੇਂ ਦਾ ਮਿਊਜ਼ਿਕ ਬੜਾ ਅੱਛਾ ਸੀਗਾ। ਬਿਲਕੁਲ, ਹੈ ਨਾ, ਵਾਇਲੈਂਸ ਬੱਜ ਰਹੀਆਂ ਨੇ, ਇੱਕ ਬਿਗ ਫੀਲ ਆਉਂਦਾ ਸੀਗਾ ਗਾਣੇ ਦਾ। ਸੋ ਬੜਾ ਅੱਛਾ ਹੈ, ਸਭ ਕੁਛ ਬਹੁਤ ਅੱਛਾ। ਅੱਛਾ, ਐਲੈਕਸ ਕੋਟੀ ਵੀ ਅਕਸਰ ਆਪਣੀਆਂ ਗੱਲਾਂ ਦੇ ਵਿੱਚ ਤੁਹਾਡਾ ਜ਼ਿਕਰ ਕਰਦੇ ਨੇ ਜੀ, ਉਹਨਾਂ ਦੇ ਨਾਲ ਕਿਹੋ ਜਿਹਾ ਰਿਸ਼ਤਾ? ਕਿਉਂਕਿ ਸਾਵਰਕੋਟੀ ਸਾਹਿਬ ਜਦੋਂ, ਬੇਟਾ ਹੈ ਸਾਡਾ, ਬਿਲਕੁਲ, ਸਾਵਰ ਭਾਜੀ ਸਾਡੇ ਵੱਡੇ ਭਰਾ ਸੀਗੇ, ਮੈਂ ਚਾਚਾ ਲੱਗਦਾ ਉਹਦਾ ਜੀ ਜੀ, ਅਤੇ ਉਹ ਬਹੁਤ ਪਿਆਰ ਕਰਦਾ ਮੈਨੂੰ, ਮੈਂ ਵੀ ਉਹਦੇ ਲਈ ਹਮੇਸ਼ਾ ਦੁਆ ਕਰਦਾ। ਬਿਲਕੁਲ, ਕਿ ਸਾਡੇ ਕੋਲੋਂ ਸਾਵਰ ਭਾਜੀ ਤਾਂ ਚਲੇ ਗਏ ਨੇ ਜੀ, ਬੇਟਾ ਹੁਣ ਅਸੀਂ ਤੁਹਾਡੇ ਵਿੱਚੋਂ ਸਾਵਰ ਭਾਜੀ ਨੂੰ ਦੇਖਦੇ ਹਾਂ। ਬਿਲਕੁਲ, ਹੈ ਨਾ, ਅਤੇ ਕੁਛ ਇਹੋ ਜਿਹਾ ਕਰੋ ਜ਼ਿੰਦਗੀ ਦੇ ਵਿੱਚ ਕਿ ਤੁਹਾਡਾ ਨਾਮ ਰੋਸ਼ਨ ਹੋਵੇ। ਸਾਡੀਆਂ ਦੁਆਵਾਂ ਹਮੇਸ਼ਾ ਉਹਨਾਂ ਦੇ ਨਾਲ ਨੇ, ਹਮੇਸ਼ਾ।
ਔਰ ਮੈਨੂੰ ਲੱਗਦਾ ਕਿ ਐਲੈਕਸ ਨੇ ਉਹ ਚੀਜ਼ ਕਾਇਮ ਰੱਖੀ ਹੈ ਸਾਬਰਕੋਟੀ ਸਾਹਿਬ ਦੇ ਜਾਣ ਤੋਂ ਬਾਅਦ। ਮੈਂ ਇੱਕ ਥੋੜ੍ਹੇ ਦਿਨ ਹੋ ਗਏ ਪਹਿਲਾਂ ਉਹਦਾ ਮੈਂ ਸਟੇਜ ਸ਼ੋਅ ਦੇਖ ਰਿਹਾ ਸੀਗਾ, ਉਹ ਬੈਠਾ ਗਾ ਰਿਹਾ ਸੀ ਅਤੇ ਮੈਨੂੰ ਭੁਲੇਖਾ ਪੈ ਰਿਹਾ ਸੀਗਾ ਕਿ ਵੀ ਸਾਬਰ ਭਾਜੀ ਬਿਲਕੁਲ ਬਿਲਕੁਲ ਅੱਛਾ ਗਾ ਰਿਹਾ ਹੈਗਾ, ਪਰਮਾਤਮਾ ਉਹਦੇ ਮਿਹਨਤ ਨੂੰ ਫਲ ਫੁੱਲ ਲਾਵੇ। ਹਮੇਸ਼ਾ ਦੁਆਵਾਂ ਨੇ, ਦੇਖੋ ਜੀ ਬੱਚਿਆਂ ਲਈ ਤਾਂ ਦੁਆਵਾਂ ਨੇ ਹਮੇਸ਼ਾ, ਜਿੰਨੇ ਵੀ ਆਰਟਿਸਟ ਜਿਹੜੇ ਸਾਡੇ ਤੋਂ ਜੂਨੀਅਰ ਨੇ ਬੱਚੇ, ਉਹਨਾਂ ਨੂੰ ਸਭ ਲਈ ਬਹੁਤ ਸਾਰੀਆਂ ਬਲੈਸਿੰਗਸ ਨੇ ਕਿ ਤੁਸੀਂ ਅੱਛਾ ਗਾਓ, ਵਧੀਆ ਗਾਣੇ ਸਿਲੈਕਟ ਕਰੋ ਜੀ, ਹੈ ਨਾ, ਚੰਗਾ ਲੱਗਦਾ ਹੈਗਾ। ਅੱਛਾ ਹੁਣ ਮੈਂ ਕੁਝ ਕੁ ਸਿੰਗਰਸ ਦੇ ਤੁਹਾਨੂੰ ਨਾਮ ਦੱਸੂੰਗੀ, ਤੁਸੀਂ ਉਹਨਾਂ ਨੂੰ ਇੱਕ ਵਰਡ ਦੇ ਵਿੱਚ ਡਿਸਕ੍ਰਾਈਬ ਕਰਨਾ, ਇੱਕ ਵਰਡ ਜਾਂ ਇੱਕ ਲਾਈਨ ਦੇ ਵਿੱਚ, ਕਿ ਤੁਹਾਡੇ ਲਈ ਉਹਨਾਂ ਦੀ ਅਹਿਮੀਅਤ ਕੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ। ਜੀ, ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਤੁਸੀਂ ਸੁਣਦੇ ਆਏ ਹੋ, ਸਰਦੂਲ ਸਿਕੰਦਰ ਸਾਹਿਬ। ਬਹੁਤ ਵੱਡੀ ਅਹਿਮੀਅਤ ਹੈ, ਮੈਂ ਉਹਨਾਂ ਨੂੰ ਲੈ ਕੇ ਰਿਆਜ਼ ਕੀਤਾ, ਉਹਨਾਂ ਦੇ ਗੀਤਾਂ ਨੂੰ ਲੈ ਕੇ, ਉਹਨਾਂ ਦੀ ਰੂਹ ਤੋਂ ਮੈਂ ਬੜਾ ਅੱਛੀ ਤਰ੍ਹਾਂ ਵਾਕਫ ਸੀਗਾ, ਬੜੇ ਫਰਿਸ਼ਤਾ ਬੰਦਾ ਸੀਗਾ, ਬੜਾ ਪਿਆਰ ਵਾਲਾ ਬੰਦਾ ਸੀ, ਹਮੇਸ਼ਾ ਮੁਹੱਬਤ ਵਾਲੀ ਗੱਲ ਕਰਨੀ, ਕਦੇ ਗੁੱਸੇ 'ਚ ਨਹੀਂ ਆਉਣਾ, ਐਗਰੈਸ ਨਹੀਂ ਦੇਖਿਆ ਮੈਂ ਉਹਨਾਂ ਨੂੰ, ਅਤੇ ਕਾਫੀ ਉਹਨਾਂ ਦੀਆਂ ਚੰਗੀਆਂ ਗੱਲਾਂ ਮੈਂ ਅਡੋਪਟ ਕੀਤੀਆਂ ਹੋਈਆਂ, ਉਹਨਾਂ ਦੇ ਗਾਣੇ ਨੂੰ ਤਾਂ ਮੈਂ ਗਾਉਂਦਾ ਹੀ ਹਾਂ। ਸਾਬਰਕੋਟੀ ਸਾਹਿਬ, ਸਾਬਰਕੋਟੀ ਭਾਅ ਜੀ ਵੀ ਬਹੁਤ ਮੁਹੱਬਤ ਵਾਲੇ ਇਨਸਾਨ ਸੀ, ਮੈਨੂੰ ਤਾਂ ਮੈਨੂੰ ਹਮੇਸ਼ਾ ਪਿਆਰ ਨਾਲ ਮਿਲਿਆ ਹਰ ਕੋਈ ਆਰਟਿਸਟ ਜੀ, ਅਤੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਵਿੱਚ ਕੋਈ ਬਲ ਛਲ ਸੀਗਾ, ਉਹ ਫਕੀਰ ਕਲਾਕਾਰ ਸੀਗੇ ਸਾਬਰ ਭਾਅ ਜੀ। ਸਤਿੰਦਰ ਸਰਤਾਜ, ਸਤਿੰਦਰ ਸਰਤਾਜ ਬਹੁਤ ਅੱਛਾ ਹੈਗਾ, ਮੈਂ ਮੁਬਾਰਕਬਾਦ ਦਿੰਦਾ ਕਿ ਇੰਨੇ ਅੱਛੇ ਅੱਛੇ ਗੀਤ, ਇੰਨਾ ਅੱਛਾ ਲਿਖਣਾ ਅਤੇ ਇੰਨਾ ਵਧੀਆ ਗਾ ਰਿਹਾ ਇਸ ਵੇਲੇ, ਹੈ ਨਾ, ਅਤੇ ਹਰ ਗਾਣਾ ਉਹਦਾ ਦਿਲ ਨੂੰ ਟੁੰਬਦਾ ਹੈਗਾ, ਅਤੇ ਬਹੁਤ ਮੁਹੱਬਤ ਹੈ, ਬਹੁਤ ਸਾਰੀ ਮੁਹੱਬਤ ਹੈਗੀ ਭਾਅ ਜੀ ਦੇ ਗੀਤਾਂ ਲਈ ਔਰ ਸਰਤਾਜ ਜੀ ਦੇ ਗਾਣੇ ਲਈ। ਅੱਛਾ, ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ, ਅਗਲਾ ਨਾਮ ਮੈਂ ਦੱਸਣ ਜਾ ਰਹੀ ਹਾਂ ਤੁਹਾਨੂੰ ਜੀ, ਉਹ ਸਾਰੇ ਇੱਕੋ ਚੀਜ਼ ਕਹਿੰਦੇ, ਜਾਂ ਤਾਂ ਉਸਤਾਦ ਜੀ ਕਹਿੰਦੇ ਨੇ ਉਹਨਾਂ ਨੂੰ, ਜਾਂ ਤਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਖੁੰਡ ਕਹਿੰਦੇ ਨੇ। ਅੱਛਾ ਜੀ, ਬਾਬੂ ਮਾਨ। ਹਾਂ ਠੀਕ ਹੈ, ਸਭ ਬਹੁਤ ਵਧੀਆ ਨੇ ਬਈ, 26-27 ਸਾਲ ਹੋ ਗਏ ਗਾਉਂਦਿਆਂ ਨੂੰ। ਬਿਲਕੁਲ, ਹੈ ਨਾ, ਅਤੇ ਉਸਤਾਦ ਤਾਂ ਫਿਰ ਉਹ ਤਾਂ ਬਣਦਾ ਹੀ ਹੈ ਉਹਨਾਂ ਦਾ, ਪਰਮਾਤਮਾ ਉਹਨਾਂ ਨੂੰ ਤਰੱਕੀਆਂ ਬਖਸ਼ੇ ਸਭ ਨੂੰ। ਸਿੱਧੂ ਮੂਸੇਵਾਲਾ, ਸਭ ਆਪਣੀ ਜਗ੍ਹਾ ਠੀਕ ਹੈ, ਮੈਂ ਕਿਸੇ ਨੂੰ ਇੱਕ ਲਾਈਨ ਦੇ ਵਿੱਚ ਉਹਨਾਂ ਨੂੰ ਡਿਸਕ੍ਰਾਈਬ ਕਰਨਾ। ਹਾਂ, ਸਿੱਧੂ ਮੂਸੇਵਾਲੇ ਦੇ ਗਾਣੇ ਮੈਨੂੰ 2-3 ਤਾਂ ਗਾਣੇ ਮੈਨੂੰ ਬਹੁਤ ਹੀ ਅੱਛੇ ਲੱਗੇ, ਜਿੱਦਾਂ ਉਹ ਕਿਹੜਾ ਸੀਗਾ, 295 ਤਾਂ ਬਹੁਤ ਹੀ ਅੱਛਾ ਲੱਗਿਆ ਜੀ, ਉਹਦੇ ਵਿੱਚ ਇੰਨਾ ਜ਼ਿਆਦਾ ਸੱਚ ਲਿਖਿਆ ਹੋਇਆ ਸੀ ਉਸ ਬੰਦੇ ਨੂੰ। ਅਤੇ ਦੇਖੋ, ਹਰ ਬੰਦੇ ਦੇ ਵਿੱਚ ਕੋਈ ਨਾ ਕੋਈ ਔਗਣ ਵੀ ਹੁੰਦਾ ਹੈ ਅਤੇ ਗੁਣ ਵੀ ਹੁੰਦਾ ਹੈਗਾ। ਬਿਲਕੁਲ, ਕਈ ਵਾਰੀ ਇੱਕ ਇੱਕ ਲਾਈਨ ਆਉਂਦੀ ਹੁੰਦੀ ਹੈ ਨਾ, ਵੀ ਲਸਣ ਦੀ ਗੰਢੀ ਜਿਹੜੀ ਹੁੰਦੀ ਹੈ ਨਾ, ਉਹਦੇ 'ਚੋਂ ਇੱਕ ਅਜੀਬ ਤਰੀਕੇ ਦੀ ਸਮੈਲ ਮਾਰਦੀ ਹੈ, ਪਰ ਉਹਦੇ ਵਿੱਚੋਂ ਉਹਦੇ ਗੁਣ ਜਿਹੜੇ ਹੈਗੇ ਨਾ, ਉਹ ਹਾਵੀ ਹੈ। ਬਿਲਕੁਲ ਬਿਲਕੁਲ, ਫਿਰ ਵੀ ਐਵਰੀਡੇ ਕੱਟ ਕੇ ਲੋਕ ਉਹਨੂੰ ਸਬਜ਼ੀ ਦੇ ਵਿੱਚ ਪਾਉਂਦੇ ਆ, ਉਹਦੇ ਵਿੱਚ ਵੀ ਉਹ ਵੀ ਗੁਣਕਾਰੀ ਹੈ। ਬਿਲਕੁਲ, ਹੈ ਨਾ, ਜੇ ਕੋਈ ਇੱਕ ਅੱਧਾ ਇੱਧਰ ਉੱਧਰ ਹੋਊਗਾ ਵੀ, ਤਾਂ ਜੇ 1000 ਗੁਣ ਹੈ ਅਤੇ 2-4 ਅਵਗੁਣ ਨੇ ਤਾਂ ਉਹ ਟੱਕ ਲੈਂਦੇ ਨੇ। ਗੁਰਦਾਸ ਮਾਨ ਸਾਹਿਬ, ਰੱਬ ਲੋਕ ਨੇ ਜੀ ਸਾਰੇ, ਬਹੁਤ ਵਧੀਆ। ਦਲਜੀਤ ਦੋਸਾਂਝ, ਬਹੁਤ ਵਧੀਆ, ਸਾਰੇ ਵਧੀਆ ਨੇ, ਮੇਰੇ ਤੋਂ ਸਾਰੇ ਹੀ ਚੰਗੇ ਨੇ।
ਤੁਸੀਂ ਬਹੁਤ ਚੰਗੇ, ਤੁਹਾਡੀ ਗਾਇਕੀ ਵੀ ਬਹੁਤ ਸੋਹਣੀ ਹੈ। ਮੇਰੇ ਤੋਂ ਸਾਰੇ ਚੰਗੇ ਨੇ, ਮੇਰੇ ਤੋਂ ਸਾਰੇ ਨਾਮਵਰ ਨੇ, ਵੱਡੇ ਨੇ, ਮੇਰੇ ਰਿਸਪੈਕਟਡ ਨੇ ਸਭ, ਹੈ ਨਾ। ਕੋਈ ਇੱਕ ਅੱਧਾ ਹੀ ਇਹਨਾਂ 'ਚ ਜਿੰਨੇ ਤੁਸੀਂ ਨਾਮ ਲਏ ਹੈ, ਇੱਕ ਅੱਧਾ ਹੀ ਕੋਈ ਛੋਟਾ ਹੋਏਗਾ, ਜੂਨੀਅਰ ਹੋਏਗਾ ਮੇਰੇ ਤੋਂ ਉਮਰ 'ਚ ਇੱਕ ਦੋ ਸਾਲ, ਅਦਰਵਾਈਜ਼ ਮੇਰੇ ਤੋਂ ਵੱਡੇ ਹੀ ਨੇ ਸਾਰੇ। ਬਿਲਕੁਲ। ਅੱਛਾ, ਆਉਣ ਵਾਲੇ ਪ੍ਰੋਜੈਕਟਸ ਜਿਹੜੇ ਤੁਹਾਡੇ ਹੋਣਗੇ, ਜਿਹੜੇ ਗੀਤ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੰਡਸਟਰੀ ਨੂੰ ਦਿਓਗੇ ਜੀ, ਕੀ ਕੁਝ ਖਾਸ ਉਹਨਾਂ ਦੇ ਵਿੱਚ ਸਾਨੂੰ ਵੇਖਣ ਨੂੰ ਮਿਲ ਸਕਦਾ? ਦੇਖੋ, ਮੈਂ ਇੱਕ ਰੂਟੀਨ 'ਚ ਕੰਮ ਕਰ ਰਿਹਾ, ਕੁਛ ਨਾ ਕੁਛ ਮੇਰੀ ਆਦਤ ਹੈਗੀ ਹੈ ਕਿ ਵੀ ਕੁਛ ਨਵਾਂ ਕਰਨ ਦੀ ਕੋਸ਼ਿਸ਼ ਕਰਾਂ। ਇੱਕ ਮੇਰਾ ਅੱਗੇ ਗੀਤ ਆ ਰਿਹਾ ਹੈਗਾ ਲਾਹੌਰ, ਹੈ ਨਾ ਜੀ, ਜਾਂ ਤਾਂ ਉਸ ਗਾਣੇ ਦਾ ਟਾਈਟਲ ਹੋਏਗਾ ਹਿੱਲ ਗਿਆ ਲਾਹੌਰ, ਜਾਂ ਕੋਈ ਲਾਹੌਰ ਹੋਏਗਾ, ਹੈ ਨਾ। ਉਹਦੇ ਵਿੱਚ ਉਹ ਜਲਦੀ ਮੈਂ ਉਹਦੀ ਵੀਡੀਓ ਕਰਕੇ ਰਿਲੀਜ਼ ਕਰੂੰਗਾ, ਇੱਕ ਡਾਂਸਿੰਗ ਸੌਂਗ ਹੈ ਉਹ, ਕੀ ਬਾਤ, ਅਤੇ ਜਲਦੀ ਝੋਲੀ ਪਾਊਂਗਾ ਤੁਹਾਡੀ। ਇਸ ਤੋਂ ਇਲਾਵਾ ਇੱਕ ਮੇਰਾ ਗੀਤ ਆ ਰਿਹਾ ਸੂਫੀ, ਦਿਲ ਲਗੀ ਕਰ ਰਹੇ ਹੋ ਜਾਨ ਲੈ ਜਾਓਗੇ ਆਪਣੇ ਦੀਵਾਨੇ ਕੋ ਇਤਨਾ ਤੜਪਾਓਗੇ, ਕੁਛ ਅੱਛੀ ਸ਼ਾਇਰੀ ਲਿਖੀ ਹੈ ਸੁਖਬੀਰ ਨੇ, ਮੇਰੇ ਨਾਲ ਗਾਇਆ ਗਾ, ਅਤੇ ਜਤਿੰਦਰ ਜੀਤੂ ਜੀ ਦਾ ਮਿਊਜ਼ਿਕ ਹੈ ਜੀ। ਇਹ ਦੋ ਤਿੰਨ ਚੀਜ਼ਾਂ ਮੈਂ ਹੁਣ ਰਿਲੀਜ਼ ਕਰਨ ਜਾ ਰਿਹਾ ਬੜੀ ਜਲਦੀ। ਇਸ ਤੋਂ ਇਲਾਵਾ ਜੈਦੇਵ ਭਾਅ ਜੀ ਨਾਲ ਕੁਛ ਪ੍ਰੋਜੈਕਟ ਹੋਏ ਹੈ, ਅਤੇ ਗੁਰਮੀਤ ਭਾਅ ਜੀ ਦੀ ਇੱਕ ਦੋ ਮੂਵੀਜ਼ ਦੇ ਵਿੱਚ ਮੇਰੇ ਗੀਤ ਗਾਏ ਹੋਏ ਹੈ, ਉਹ ਵੀ ਰਿਲੀਜ਼ ਹੋ ਜਾਣਗੇ। ਸੋ ਮੈਂ ਕੁਛ ਨਾ ਕੁਛ ਕਰਦਾ ਹੀ ਰਹਿੰਦਾ ਜੀ, ਪਰਮਾਤਮਾ ਦੀ ਕਿਰਪਾ ਹੈਗੀ, ਕਿਤੋਂ ਨਾ ਕਿਤੋਂ ਕੋਈ ਨਾ ਕੋਈ ਆਰਡਰ ਆਇਆ ਹੀ ਰਹਿੰਦਾ ਮੈਨੂੰ ਕਿ ਗਾਣਾ ਗਾ ਜਾਓ। ਅੱਛਾ, ਇੱਕ ਆਖਰੀ ਸਵਾਲ ਜੀ, ਹਾਲੇ ਤੱਕ ਤੁਸੀਂ ਇੰਨੇ ਗੀਤ ਗਾਏ ਨੇ ਜੀ, ਤੁਹਾਡੀ ਚਾਹ ਹੋਵੇ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਕਲਾਕਾਰ ਦਾ ਨਾਮ ਦੱਸਣਾ, ਤੁਸੀਂ ਵੀ ਕਿਹਦੇ ਨਾਲ ਤੁਹਾਡਾ ਮਨ ਹੈ ਵੀ ਇਹਦੇ ਨਾਲ ਇੱਕ ਗੀਤ ਕਰਨਾ? ਦੇਖੋ, ਮੈਂ ਪਹਿਲਾਂ ਵੀ ਬਹੁਤ ਸਾਰਿਆਂ ਨਾਲ ਗਾਇਆ, ਮੈਂ ਜਨਾਬ ਸਰਦੂਲ ਸਿਕੰਦਰ ਜੀ ਨਾਲ ਵੀ ਗਾਇਆ, ਗੁਰਦਾਸ ਭਾਅ ਜੀ ਨਾਲ ਵੀ ਗਾਇਆ ਜੀ, ਇਸ ਤੋਂ ਇਲਾਵਾ ਮਾਸਟਰ ਸਲੀਮ ਜੀ ਨਾਲ ਮੈਂ ਗਾਇਆ, ਕੰਠ ਕਲੀਅਰ ਜੀ ਨਾਲ ਗਾਇਆ, ਅਲਕਾ ਜੀ ਨਾਲ ਗਾਇਆ, ਸੁਨਿਧੀ ਚੌਹਾਨ ਜੀ ਨਾਲ ਗਾਇਆ, ਗੁਰਲੇਜ਼ ਅਖਤਰ ਨਾਲ ਗਾਇਆ, ਬੜੇ ਸਾਰੇ ਹੋਰ ਆਰਟਿਸਟਾਂ ਨਾਲ ਮੈਂ ਗਾਇਆ, ਅਤੇ ਮੇਰੀ ਤਾਂ ਇੱਛਾ ਮੈਂ ਸਾਰੇ ਹੀ ਮੇਰੇ ਨਾਲ ਗਾਉਣ, ਹੈ ਨਾ, ਚਾਹੇ ਉਹ ਨਵੇਂ ਹੈ, ਚਾਹੇ ਉਹ ਖੁੰਡ ਹੈ, ਚਾਹੇ ਉਹ ਵੱਡੇ ਹੈ, ਹੈ ਨਾ, ਮੈਂ ਸਭ ਨਾਲ ਹੀ ਗਾਉਣਾ ਚਾਹੁੰਦਾ। ਮੈਂ ਜਦੋਂ ਕਿਸੇ ਨਾਲ ਮੇਰਾ ਕੋਈ ਵੈਰ ਵਿਰੋਧ ਨਹੀਂ, ਮੇਰੀ ਤਾਂ ਇੱਛਾ ਹੈ, ਮੈਨੂੰ ਤਾਂ ਕੋਈ ਵੀ ਕਵੇ ਕਿ ਵੀ ਆਓ ਜੀ ਆਪਾਂ ਗਾਣਾ ਕਰੀਏ, ਹੈ ਨਾ, ਬਿਲਕੁਲ, ਅਤੇ ਮੈਂ ਰੈਡੀ ਰਹਿੰਦਾ। ਕਿਆ ਬਾਤ ਹੈ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਪਰ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਜਾਂ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ, ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਇੱਕ ਤਾਂ ਮੇਰਾ ਸੁਨੇਹਾ ਇਹ ਹੈਗਾ ਕਿ ਵੀ ਮੁਹੱਬਤ ਨਾਲ ਰਹੋ, ਪਿਆਰ ਨਾਲ ਰਹੋ, ਜਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨ ਬਣੀਏ ਅਸੀਂ, ਤਾਂ ਕਿ ਸਾਡੇ ਦੇਸ਼ ਦਾ ਜਿਹੜਾ ਮਾਹੌਲ ਹੈ, ਜਿਹੜਾ ਇਸ ਵੇਲੇ ਧਰਮਾਂ ਦੇ ਵਿੱਚ ਵੰਡਿਆ ਜਾ ਲੱਗਦਾ ਹੈਗਾ, ਬਿਲਕੁਲ, ਉਹ ਸਹੀ ਰਹੇ ਅਤੇ ਸਾਨੂੰ ਸਕੂਨ ਮਿਲੇ ਸਾਡੀ ਰੂਹ ਨੂੰ, ਅਤੇ ਕਿਸੇ ਦੇ ਧਰਮ ਦੇ ਖਿਲਾਫ਼ ਕੋਈ ਗੱਲਬਾਤ ਉੱਪਰ ਨੀਚੇ ਜਾਂ ਕਿਸੇ ਨੂੰ ਟਾਰਗੇਟ ਨਾ ਕੀਤਾ ਜਾਵੇ, ਇਹ ਬੰਦ ਕੀਤਾ ਜਾਵੇ। ਨੰਬਰ 2 'ਤੇ ਸਾਡੇ ਦੇਸ਼ ਦੀ ਸਫਾਈ ਵੱਲ, ਸਾਡੇ ਵਤਨ ਦੇ ਵਿੱਚ ਗ੍ਰੀਨਰੀ ਲਈ ਧਿਆਨ ਦਿੱਤਾ ਜਾਵੇ, ਅਤੇ ਅਗਰ ਤੁਸੀਂ ਮੇਰੇ ਵਾਲੇ ਖੇਤਰ ਦੇ ਵਿੱਚ, ਕਿਸੇ ਵੀ ਖੇਤਰ ਦੇ ਵਿੱਚ ਜਾਂਦੇ ਹੋ, ਬਿਲਕੁਲ, ਤਾਂ ਪੂਰੀ ਤਿਆਰੀ ਕਰਕੇ ਜਾਓ, ਪੂਰੀ ਤਿਆਰੀ ਨਾਲ ਆਓ, ਅਤੇ ਤੁਹਾਡਾ ਵੈਲਕਮ ਹੈ ਜੀ, ਹੈ ਨਾ। ਇੱਕ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਹੁੰਦਾ ਕਿ ਵੀ ਸਾਡੇ ਨਾ
ਜਿਹੜੀ ਗੇਮ ਹੈਗੀ ਹੈ ਇਕੱਲੀ ਕ੍ਰਿਕਟ ਹੀ ਰਹਿ ਗਈ ਹੈ, ਬਿਲਕੁਲ, ਉਹਨੂੰ ਸਾਡਾ ਦੇਸ਼ ਬੜਾ ਚੁੱਕੀ ਫਿਰਦਾ ਹੈਗਾ। ਅਤੇ ਜਿਹੜੇ ਕਬੱਡੀ ਖੇਡਣ ਵਾਲੇ ਨੇ ਜਾਂ ਜਿਹੜੇ ਤੀਰ ਅੰਦਾਜ਼ ਨੇ ਜਾਂ ਜਿਹੜੇ ਭਲਵਾਨ ਨੇ ਜਾਂ ਕੋਈ ਹੋਰ ਗੇਮਾਂ ਨੇ, ਜੇ ਕੋਈ ਉਹ ਜਿੱਤ ਕੇ ਵੀ ਆਉਂਦੇ ਆ, ਮੈਨੂੰ ਬੜਾ ਦੁੱਖ ਲੱਗਿਆ ਪਿੱਛੇ ਜੇ ਇੱਕ ਖੰਨੇ ਤੋਂ ਇੱਕ ਮੁੰਡਾ ਕੋਈ ਸੋਨ ਤਗਮਾ ਜਿੱਤ ਕੇ ਲੈ ਕੇ ਆਇਆ ਅਤੇ ਉਹਦਾ ਕਿਸੇ ਨੇ ਸਵਾਗਤ ਤੱਕ ਨਹੀਂ ਕੀਤਾ ਹੈਗਾ, ਉਹਨੂੰ ਪੁੱਛਿਆ ਤੱਕ ਨਹੀਂ ਕਿਸੇ ਨੇ। ਸੋ ਸਭ ਨੂੰ ਬਣਦਾ ਮਾਣ, ਸਭ ਨੂੰ ਬਣਦਾ ਕ੍ਰੈਡਿਟ ਦੇਣਾ ਚਾਹੀਦਾ। ਬਿਲਕੁਲ, ਇਹ ਸਰਕਾਰਾਂ ਨੂੰ ਬੇਨਤੀ ਹੈ ਕਿ ਜੇ ਕੋਈ ਕ੍ਰੈਡਿਟ ਦਾ ਹੱਕਦਾਰ ਹੈਗਾ ਤਾਂ ਉਹਨੂੰ ਬਣਦਾ ਕ੍ਰੈਡਿਟ ਜ਼ਰੂਰ ਦਿਓ। ਬਿਲਕੁਲ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਸ਼ੁਕਰ। ਸੋ ਇਹ ਸੀਗੇ ਸਾਡੇ ਨਾਲ ਫਿਰੋਜ਼ ਖਾਨ ਜੀ, ਜਿਨ੍ਹਾਂ ਨਾਲ ਗੱਲਾਂ ਬਾਤਾਂ ਕੀਤੀਆਂ ਇੰਡਸਟਰੀ ਬਾਬਤ, ਉਹਨਾਂ ਦੀ ਜ਼ਿੰਦਗੀ ਬਾਬਤ ਵੀ ਗੱਲਾਂ ਬਾਤਾਂ ਹੋਈਆਂ ਨੇ। ਉਮੀਦ ਕਰਦੇ ਹਾਂ ਤੁਹਾਨੂੰ ਇਹ ਪੋਡਕਾਸਟ ਚੰਗਾ ਲੱਗਾ ਹੋਏਗਾ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਸਤਿ ਸ਼੍ਰੀ ਅਕਾਲ।